ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਦੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਜਿਸ ਤਰੀਕੇ ਦੀ ਰਣਨੀਤੀ ਕਿਸਾਨਾਂ ਨੇ ਅਪਣਾਈ ਹੈ ਐਸ ਕੇ ਐਮ ਵਾਲਿਆਂ ਨੇ ਤੇ ਉਧਰ ਗੈਰ ਰਾਜਨੀਤਕ ਕលਿਆ ਨੇ ਆਪੋ ਆਪਣੇ ਫੋਨ ਦੇ ਉੱਤੇ ਜਿਹੜੇ ਸੱਦਾ ਦਿੱਤਾ ਸੀ ਟਰੈਕਟਰ ਮਾਰਚ ਦੀ ਗੱਲ ਜਾਂ ਬੁਤਲੇ ਫੂਕਣ ਦਾ ਇਹਦਾ ਪ੍ਰੋਫੈਸਰ ਸਭ ਮੈਂ ਦੇਖ ਰਿਹਾ ਸੀ ਕਿ ਜਿਸ ਤਰੀਕੇ ਨਾਲ ਮਤਲਬ ਕਿ ਮੀਡੀਆ ਦੇ ਵਿੱਚ ਚਰਚਾ ਵਕ-ਵਕ ਥਾਵਾਂ ਤੇ ਜਾਂ ਕਿਸਾਨਾਂ ਨਾਲ ਵੀ ਜੋ ਗੱਲਬਾਤ ਹੋਈ ਜਿਸ ਤਰੀਕੇ ਨਾਲ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਕਿ ਇੱਕ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ ਕਿ ਸਰਕਾਰ ਦੇ ਤੱਕ ਸੁਨੇਹਾ ਗਿਆ ਕਿ ਲੋਕ ਵੀ ਪਰੇਸ਼ਾਨ ਨੀ ਹੋਏ ਤੇ ਕਿਸਾਨਾਂ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਜਿਹੜਾ ਰੋਸ ਦਿੱਤਾ ਆ ਹੁਣ ਗੱਲ ਸਰਕਾਰ ਦੇ ਪਾਲੇ ਵਿੱਚ ਆ ਗਈ ਹੈ ਕਿ ਹੁਣ ਅੱਗੇ ਕੀ ਕਰਨਾ ਹੈ ਅਗਲੀ ਮੀਟਿੰਗ ਕਰਨੀ ਹੈ ਮੀਟਿੰਗ ਕਿਸ ਤਰ੍ਹਾਂ ਦੀ ਹੋਏਗੀ ਉਧਰੋਂ ਬਾਰਡਰਾਂ ਦੇ ਉੱਤੇ ਢਿੱਲ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਥੋੜੇ ਬਹੁਤੇ ਰਾਹ ਖੋਲ੍ਹ ਦਿੱਤੇ ਗਏ ਨੇ ਉਧਰ ਹਰਿਆਣੇ ਤੋਂ ਉਧਰ ਸਿੰਘੂ ਵਾਲੇ ਪਾਸੇ ਜਾਂ ਹੋਰ ਇੱਕ ਦੋ ਥਾਂ ਤੇ ਖਬਰਾਂ ਇਹੋ ਜਿਹੀਆਂ ਆ ਰਹੀਆਂ ਨੇ ਕਿ ਢਿੱਲ ਦੇ ਦਿੱਤੀ ਗਈ ਹੈ ਇੰਟਰਨੈਟ ਦੀ ਢਿੱਲ ਤਾਂ ਹਰਿਆਣੇ ਤੋਂ ਵੀ ਸਾਹਮਣੇ ਆਈ ਸੀ ਨਾਲੋ ਨਾਲ ਟਰੇਡਰਸ ਦੀ ਵੀ ਗੱਲ ਚੱਲ ਰਹੀ ਹੈ ਕਿ ਵਪਾਰੀਆਂ ਨੇ ਵੀ ਜਿਹੜਾ ਕਿਸਾਨਾਂ ਨੂੰ ਹੁਣ ਮਤਲਬ ਕਿ ਅਪੀਲ ਕੀਤੀ ਹੈ ਕਿ ਤੁਸੀਂ ਥੋੜਾ ਜਿਹਾ ਸਾਡੇ ਵਾਲੇ ਪਾਸੇ ਵੀ ਖਿਆਲ ਰੱਖੋ ਕਿ ਸਾਨੂੰ ਵੀ ਨੁਕਸਾਨ ਹੋ ਜਾਣਾ ਚੱਲਣਾ ਪਏ ਇਹ ਸਾਰੇ ਵਰਤਾਰੇ ਨੂੰ ਜੋ ਮਤਲਬ ਕਿ ਰਣਨੀਤੀ ਜਿਸ ਤਰੀਕੇ ਨਾਲ ਨੇ ਕੀਤੀ ਉਹਨੂੰ ਕਿਵੇਂ ਵੇਖਿਆ ਜਾਵੇ ਤੇ ਅਗਾਹ ਉਹਦੇ ਮਤਲਬ ਕਿ ਸਿੱਟੇ ਕੀ ਵਿਖੇ ਜਾਣਗੇ ਕਿ ਕਿੱਧਰ ਨੂੰ ਜਾ ਸਕਦਾ ਹੈ ਦੇਖੋ ਇਹ ਬੜੀ ਗੈਪ ਤੋਂ ਬਾਅਦ 2021 ਦੇ ਬਾਅਦ 22 ਨਿਕਲ ਗਿਆ ਤੇ 23 ਨਿਕਲ ਗਿਆ ਤੇ 24 ਸ਼ੁਰੂ ਹੋ ਗਿਆ ਤੇ ਇਹ ਜਿਹੜਾ 2.5 ਸਾਲ ਦਾ ਗੈਪ ਸੀਗਾ 2 ਸਵਾ 2 ਸਾਲ ਦਾ ਉਹਦੇ ਨਾਲ ਕਿਸਾਨ ਵੈਸੇ ਕੁਝ ਨਾ ਕੁਝ ਉਸ ਸਮੇਂ ਦੇ ਵਿੱਚ ਵੀ ਲੱਗੇ ਹੀ ਰਹੇ ਕਰਦੇ ਰਹੇ ਆ ਪਰ ਇਹ ਵੱਡਾ ਹਮਲਾ ਕਿ ਅਸੀਂ ਕਮਜ਼ੋਰ ਨਹੀਂ ਆ ਨਾ ਅਸੀਂ ਡਿਸਆਰਗੇਨਾਈਜ਼ ਆ ਨਾ ਸਾਡੀ ਜਿਹੜੀ ਲੜਨ ਦੀ ਸ਼ਮਤਾ ਦੇ ਵਿੱਚ ਕੋਈ ਕਮੀ ਆਈ ਹੈ ਉਹਦਾ ਪ੍ਰਦਰਸ਼ਨ ਇਹ ਕਰ ਦਿੱਤਾ ਮੈਨੀ ਸੋਚਦਾ ਕਿ ਇਹਦੇ ਵਿੱਚੋਂ ਕੋਈ ਬਹੁਤ ਵੱਡੇ ਰਿਜ਼ਲਟ ਨਿਕਲਣਗੇ ਕਾਰਨ ਉਹਦਾ ਕਈ ਹੈਗੇ ਜਿਹਦੇ ਚੋਂ ਮੁੱਖ ਕਾਰਨ ਇਹ ਹੈ ਕਿ ਜਿਸ ਢੰਗ ਨਾਲ ਪਹਿਲਾਂ ਗਰਾਊਂਡ ਵਰਕ ਕਰਨਾ ਚਾਹੀਦਾ ਸੀ ਉਹ ਗਰਾਊਂਡ ਵਰਕ ਦੇ ਵਿੱਚ ਸਭ ਤੋਂ ਅਹਿਮ ਗੱਲ ਸੀ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਜਾਂ ਜਿੰਨਾ ਜਿਤਨਾ ਹੁਣ ਐਸਕੇਐਮ ਦੇ ਵਿੱਚ ਟਕਾਇਤ ਸਾਹਿਬ ਆਏ ਹੋਏ ਸੀ, ਯੁੱਧਵੀਰ ਆਏ ਸੀ, ਹਨਨ ਮੱਲਾ ਔਰ ਉਹ ਸਾਰੇ ਬੰਦੇ ਪੁਰਾਣੇ ਜਿਹੜੇ ਲਗ ਲਗ ਸੂਬਿਆਂ ਤੋਂ ਇ ਤੋਂ ਤੱਕ ਕੇ ਪਛਮੀ ਬੰਗਾਲ ਤੋਂ ਵੀ ਆਇ ਸਾਹਾ ਸਾਹਿਬ ਐਡਵੋਕੇਟ ਸਾਹਾ ਆਏ ਹੋਏ ਸੀ ਚੰਡੀਗੜ੍ਹ ਦੀ ਮੀਟਿੰਗ ਹੁਣ ਉਹ ਬੰਦੇ ਨਾਲ ਹੀ ਇਨ੍ਹਾਂ ਦੇ ਜਿਹੜੇ ਐਸ ਕੇ ਐਮ ਗੈਰ ਸਿਆਸੀ ਕਹਿੰਦੇ ਉਹਨਾਂ ਨੂੰ ਵੀ ਇਹ ਸਾਰੇ ਨੂੰ ਇੱਕ ਹੋਮਵਰਕ ਕਰਕੇ ਬਕਾਇਦਾ ਤਿਆਰੀ ਕਰਨੀ ਚਾਹੀਦੀ ਸੀ ਲੱਗਾ ਇੰਜ ਆ ਕੇ ਦੇਖੋ ਜੀ ਕਿਉਂਕਿ ਕਿਸਾਨਾਂ ਦਾ ਨਾਂ ਚੱਲਦਾ ਜਿੱਥੇ ਬੰਦਿਆਂ ਦਾ ਡੰਡਾ ਤੇ ਜਾਨੀ ਖੰਡਾ ਤੇ ਨਹੀਂ ਮੈਂ ਕਹਿੰਦਾ ਡੰਡਾ ਤੇ ਝੰਡਾ ਚੱਲਦਾ ਇਸ ਕਰਕੇ ਇਹ ਕਿ ਰਾਜਨੀਤੀ ਕਿ ਆਇਆ ਹੈ ਕਹਿੰਦੇ ਤੇ ਗੈਰ ਸਿਆਸੀ ਆ ਪਰ ਰਾਜਨੀਤੀ ਆ ਗਈ ਰਾਜਨੀਤੀ ਇਹ ਆ ਗਈ ਕਿ ਕ੍ਰੈਡਿਟ ਮਾਰ ਜਿਹੜੀ ਦੀ ਆ ਕਿ ਅਸੀਂ ਜਿਆਦਾ ਇਨਕਲਾਬੀ ਅਸੀਂ ਦੂਜਿਆਂ ਨਾਲੋਂ ਬਹੁਤ ਅੱਗੇ ਸੱਚੇ ਸੁੱਚੇ ਤੇ ਸਾਡੇ ਤੋਂ ਉੱਪਰ ਕੋਈ ਹੋਰ ਨਹੀਂ ਤੇ ਅਸੀਂ ਸਭ ਤੋਂ ਉੱਚੇ ਸੱਚੇ ਸੁੱਚੇ ਤੇ ਅਸੀਂ ਸਭ ਤੋਂ ਉੱਚੇ ਇਸ ਕਰਕੇ ਬਾਕੀ ਦੇ ਐਸਕੇਐਮ ਹੋਇਆ ਟਕਾਇਤ ਹੋਇਆ ਚੜੂਨੀ ਹੋਇਆ ਜਾਂ ਹੋਰ ਸਾਰੇ ਜਿਹੜੇ ਦੇਸ਼ ਦੇ ਵਿੱਚ ਇੱਕ ਕਿਸਾਨ ਜਥੇਬੰਦੀਆਂ ਉਹ ਇਹਨਾਂ ਦੇ ਪਿੱਛੇ ਲੱਗ ਜਾਣਗੇ ਇੰਜ ਕਦੀ ਹੁੰਦਾ ਨਹੀਂ ਤੁਸੀਂ ਵੀ ਪਤਾ ਨਹੀਂ ਤੁਹਾਨੂੰ ਜਥੇਬੰਦੀਆਂ ਬਾਰੇ ਜਾਂ ਪੋਲਿਟਿਕਸ ਜਿਹੜੀ ਬਾਰੇ ਕਿੰਨਾ ਕੁ ਅਨੁਭਵ ਹੋਊਗਾ ਮੈਨੂੰ ਤਾਂ 55 ਸਾਲ ਦਾ ਅਨੁਭਵ ਹੈ ਕਿ ਜਦੋਂ ਇੱਕ ਨੇ ਕਾਲ ਦਿੱਤੀ ਤੇ ਉਹੀ ਫਿਰ ਉਹਦਾ ਜਿੰਮੇਵਾਰ ਹੈ ਬਾਕੀ ਦੇ ਉੱਥੇ ਆਣ ਕੇ ਕਿਉਂ ਆਣਗੇ ਅਸਾਡੀ ਅਸੀਂ ਕਿੰਨੀ ਵਾਰੀ ਅਪੀਲਾਂ ਕੀਤੀਆਂ ਹਾਲ ਦਵਾਈ ਮਚਾਈ ਉਹ ਭਰਾਓ ਕੋਈ ਗੱਲ ਨਹੀਂ ਜੇ ਤੁਸੀਂ ਸ਼ੁਰੂ ਕਰ ਬੈਠੇ ਆ ਤੇ ਕੁੱਠੇ ਚੜ ਕੇ ਰੌਲਾ ਪਾਓ ਕਿ ਸਾਰੇ ਸਾਡਾ ਸਾਥ ਦਿਓ ਸਾਡੇ ਆਜੋ ਜੇ ਸਾਨੂੰ ਕਹੋ ਤੇ ਅਸੀਂ ਨੀਵੇਂ ਹੋ ਕੇ ਵੀ ਆ ਜਾਂਦੇ ਆ ਅਸੀਂ ਮਾਫੀ ਵੀ ਮੰਗ ਲੈਨੇ ਆ ਇਹ ਕਰਦੇ ਰਹੇ ਅੱਗੇ ਵੀ ਮਾਫੀਆਂ ਮੰਗਦੇ ਰਹੇ ਇੱਕ ਦੂਜੇ ਤੋਂ ਫੇਰ ਇਕੱਠੇ ਰਹੇ ਜਿਹੜਾ ਗਲਤੀ ਕਰਦਾ ਸੀ ਉਹਨੂੰ ਥੋੜੀ ਜੀ 2-4 ਦੇਣ ਪੰਜ ਦਿਨ ਹਫਤਾ ਬਾਹਰ ਰੱਖਦੇ ਸੀ ਮੀਟਿੰਗ ਜੋ ਫਿਰ ਉਹਨੂੰ ਅੰਦਰ ਬੁਲਾ ਲੈਂਦੇ ਸੀ ਇਹ ਚੱਲਦਾ ਰਿਹਾ ਹੁਣ ਵੀ ਕੀਤਾ ਜਾ ਸਕਦਾ ਸੀਗਾ ਇਹ ਭਈ ਜੇ ਸਾਡੇ ਕੋਲ ਗਲਤੀ ਆ ਤੇ ਸਾਨੂੰ ਕੋਈ ਤੁਸੀਂ ਸੇਵਾ ਲਾ ਦਿਓ ਜਿਹੜੀ ਵੀ ਆ ਅਸੀਂ ਉਹ ਕਰ ਦਿਆਂਗੇ ਪਰ ਆਪਾਂ ਰਹੀਏ ਇਕੱਠੇ ਇਹ ਕੀਤਾ ਨਹੀਂ ਗਿਆ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਦੋ ਖੇਮੇ ਰਹੇ ਦੋ ਖੇਮਿਆਂ ਦੇ ਵਿੱਚੋਂ ਅ ਇੱਕ ਬਾਰਡਰਾਂ ਤੇ ਬਹਿ ਗਏ ਦੂਜੇ ਟਰੈਕਟਰਾਂ ਦਾ ਜਿਹੜਾ ਅੱਜ ਇਸੇ ਕਰਕੇ ਦੋ ਕਿਸਮ ਦੇ ਪ੍ਰੋਟੈਸਟ ਸੀ ਇੱਕ ਜਿਹੜੇ ਬਾਰਡਰਾਂ ਤੇ ਸੀਗੇ ਉਹਨਾਂ ਦਾ ਸੀਗਾ ਕਿ ਡਬਲਯੂਟੀ ਉਹਦੇ ਪੁਤਲੇ ਫੂਕਣੀਆਂ ਸੈਮੀਨਾਰ ਕਰਨਾ ਗੱਲਾਂ ਬਾਤਾਂ ਕਰਨੀਆਂ ਉਸ ਪਾਸੇ ਨੂੰ ਚੱਲ ਪਿਆ ਤੇ ਕੁਦਰਤੀ ਆ ਕਿ ਜੇ ਤੁਹਾਡਾ ਆਪਸੀ ਪੂਰਾ ਏਕਾ ਉਸ ਪੱਧਰ ਤੇ ਨਹੀਂ ਨਜ਼ਰ ਆਊਗਾ ਤੇ ਜਨਤਾ ਦਾ ਵੀ ਉਹ ਵਿਸ਼ਵਾਸ ਹੋ ਤੁਹਾਡੇ ਨੂੰ ਪਿਆਰ ਤੇ ਉਹ ਸਤਕਾਰ ਉਹ ਨਹੀਂ ਮਿਲੂਗਾ ਇਹ ਇਹ ਅਜੇ ਜੁਮਾ ਜੁਮਾ ਮੇਰਾ ਖਲ ਕੁਛ ਦੇਣੀ ਹੋਏ 13 14 ਤਰੀਕ ਤੋਂ ਹੀ ਸਾਰਾ ਕੁਝ ਤੇ ਚੱਲਿਆ ਜ 8 10 12 ਦਿਨ ਹੋਏ ਸਾਰੇ ਤਾਂ ਉਨੇ ਹੀ ਆ ਜਿਹੜੇ ਕਮਰਸ਼ੀਅਲ ਕਾਰਪੋਰੇਸ਼ਨ ਜਾਂ ਜਿਹੜੇ ਵੀ ਟਰੇਡਰਸ ਹੈਗੇ ਅਲੱਗ-ਅਲੱਗ ਕਿਸਮ ਦੇ ਉਹਨਾਂ ਦੀਆਂ ਅਲੱਗ-ਅਲੱਗ ਜਥੇ ਬੰਨੀਆਂ ਹੈਗੀਆਂ ਆ ਉਹਨਾਂ ਨੇ ਅਪੀਲ ਜਾਰੀ ਕਰ ਦਿੱਤੀ ਆ ਉਹਨਾਂ ਨੇ ਕਹਿ ਤਾ ਕਿ ਇਹ ਜਿਹੜੇ ਬਾਰਡਰ ਆ ਖਨੌਰੀ ਆ ਸ਼ੰਭੂ ਆ ਇੱਕ ਸਾਈਡ ਤੇ ਘਟੋ-ਘਟ ਖੋਲ ਦਿਓ ਹੁਣ ਤੇ ਦਿੱਲੀ ਵਾਲਿਆਂ ਨੇ ਵੀ ਇੱਕ ਸਾਈਡ ਖੋਲ ਦਿੱਤੀ ਆ ਗੱਲ ਉਹਨਾਂ ਦੀ ਠੀਕ ਹੈ ਕਿ ਬਹੁਤ ਸਾਰਾ ਵਪਾਰ ਜਨਤਾ ਹੋਰ ਆਵਾਜਾਈ ਅਮਤ ਅੱਡਾ ਵੀ ਫੋਨ ਸੁਣ ਰਿਹਾ ਸੀ ਬੜੀ ਤਕਲੀਫ ਹੁੰਦੀ ਆ ਜੇ ਕਿਸੇ ਨੇ ਜਾਣਾ ਬੜਾ ਔਖਾ ਹੁੰਦਾ ਆ ਤੇ ਲੋਕ ਤਕਲੀਫਾਂ ਝੱਲਣ ਲਈ ਤਿਆਰ ਹੁੰਦੇ ਆ ਬਸ਼ਰਤੇ ਕਿ ਕਿਸਾਨ ਆਪ ਉਸੇ ਮਾਨਦਰੀ ਨਾਲ ਲੱਗੇ ਹੁਣ ਉਸੇ ਹੀ ਤਿਆਗ ਦੇ ਨਾਲ ਉਸੇ ਹੀ ਜਜ਼ਬੇ ਦੇ ਨਾਲ ਲੱਗੇ ਹੁਣ ਜਿਸ ਦੇ ਨਾਲ ਲੋਕ ਸਾਰਾ ਦੁੱਖ ਝੱਲਦੇ ਹੋਏ ਵੀ ਸੀ ਨਹੀਂ ਕਰਦੇ ਕਿਸੇ ਦੇ ਉੱਤੇ ਉਂਗਲ ਨਹੀਂ ਉਠਾਉਂਦੇ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ 13 ਮਹੀਨੇ ਸੜਕ ਜੀਟੀ ਰੋਡ ਬੰਦ ਰਹਿਣੀ ਜਿੱਥੇ 13 ਮਿੰਟ ਨਹੀਂ ਬੰਦ ਰਹਿ ਸਕਦੇ 13 ਮਿੰਟ ਤੇ ਤੁਸੀਂ ਬੰਦ ਕਰਕੇ ਦੇਖ ਲਓ ਕਿੱਡੀਆਂ ਲੰਮੀਆਂ ਕਿਲੋ ਕਿਲੋਮੀਟਰਾਂ ਤੱਕ ਲਾਈਨਾਂ ਲੱਗ ਜਾਣਗੀਆਂ ਉਸ ਨੂੰ ਬੰਦ ਰੱਖਣਾ ਪਰ ਲੋਕਾਂ ਨੇ ਸਾਥ ਦੇਣਾ ਉਹ ਇੱਕ ਇਤਿਹਾਸਿਕ ਤਜਰਬਾ ਸੀ ਉਸ ਨੂੰ ਹੋਰ ਅੱਗੇ ਤੋਰਨ ਦੀ ਲੋੜ ਸੀ ਉਸ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ਸੀ ਪਰ ਆਪਾਂ ਥੋੜਾ ਜਿਹਾ ਜਿਸ ਤਰ੍ਹਾਂ ਕਈ ਵਾਰੀ ਸਾਨੂੰ ਕਾਹਲ ਹੁੰਦੀ ਆ ਕਿ ਅਸੀਂ ਦੂਜਿਆਂ ਨੂੰ ਦੱਸੀਏ ਕਿ ਤੁਸੀਂ ਦੇ ਐਵੇਂ ਹੀ ਸੀ ਪਿਛਲੀ ਵਾਰੀ ਐਵੇਂ ਇਕੱਠੇ ਕਰਦੇ ਰਹੇ ਸਾਰੇ ਇਕੱਠੇ ਹੋ ਜੋ ਕੋਈ ਲੋੜ ਨਹੀਂ ਐ ਅਸੀਂ ਬੇਗਲ ਵਜਾਵਾਂਗੇ ਤੇ ਤੁਸੀਂ ਆਪੇ ਧੂਏ ਧੁੰਦੇ ਹੋਏ ਧੂਏ ਜਾਓਗੇ ਸਾਡੇ ਪਿੱਛੇ ਤੇ ਅਸੀਂ ਤੁਹਾਨੂੰ ਖਿੱਚ ਕੇ ਨਾਲ ਮਿਲਾ ਲਾਂਗੇ ਫਿਰ ਤੁਹਾਨੂੰ ਪਤਾ ਲੱਗੂ ਇਸ ਕਿਸਮ ਦਾ ਅਪਰੋਚ ਨਹੀਂ ਸੀ ਚਾਹੀਦੀ ਹੈਗੀ ਅਜੇ ਵੀ ਕੁਝ ਨਹੀਂ ਐ ਹੋ ਗਿਆ ਦੋਨੋਂ ਹੋ ਗਿਆ ਅਸੀਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਡਿਫੈਂਡ ਵੀ ਕਰਦੇ ਰਹੇ ਕੋਈ ਨਹੀਂ ਜੀ ਇਹ ਦਨਾਲੀ ਹੈ ਨਹੀਂ ਜੀ ਦੋਵਾਂ ਦਾ ਇੱਕੋ ਪਾਸੇ ਹੈ ਕਿਉਂਕਿ ਹੁਣ ਆ ਕੇ 29 ਤਰੀਕ ਤੱਕ ਬਾਰਡਰਾਂ ਤੇ ਸ਼ਾਂਤੀ ਹੈ ਉਦੋਂ ਬਾਅਦ ਸੁਖਵਿੰਦਰ ਸਾਨੂੰ ਪਤਾ ਹੀ ਹੈ ਕਿ ਹੁਣ ਤੇ ਮੋਦੀ ਜੀ ਨੇ ਵੀ ਕਹਿਤਾ ਇਸ਼ਾਰਾ ਕਰਤਾ ਕਿ ਚੋਣਾ ਆਇਆ ਮੈਂ ਨਹੀਂ ਹੁਣ ਮਨ ਦੀ ਬਾਤ ਕਰਨੇ ਬਾਅਦ ਕੀ ਕਰਾਂਗੇ ਅੱਜ ਫੇਰ ਇੱਕ ਬਿਆਨ ਆ ਰਿਹਾ ਸੀਗਾ ਕਿ ਜੂਨ ਦੇ ਵਿੱਚ ਸਾਡੀ ਸਰਕਾਰ ਆ ਰਹੀ ਆ ਫਲਾਨਾ ਟਮਕਾਣਾ ਕਦੀ 370 ਦੇ ਕਦੀ 400 ਕਈ ਗੱਲਾਂ ਚੱਲ ਰਹੀਆਂ ਤੇ ਕੋਡ ਆਫ ਕੰਡਕਟਰ ਸਖਵਿੰਦਰ ਮਿੰਨੂ ਲੱਗਦਾ ਪਹਿਲੀ ਮਾਰਚ ਨੂੰ ਵੀ ਲੱਗ ਸਕਦਾ ਸੈਚਰਡੇ ਸੰਡੇ ਨੂੰ ਸ਼ਾਇਦ ਨਾ ਲੱਗੇ ਪਰ ਉਹਦੇ ਚ ਜਦੋਂ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਣਾ ਉਹ ਤੇ ਛੁੱਟੀ ਜਾਂ ਸੈਚਰਡੇ ਦਾ ਕੋਈ ਮਤਲਬ ਨਹੀਂ ਹੁੰਦਾ ਵੈਸੇ ਨਾਰਮਲੀ ਤਾਂ 5 ਡੇਜ਼ ਹੁੰਦੇ ਆ ਜਿਹੜਾ ਵੀਕ ਹੁੰਦਾ ਤੇ ਨਹੀਂ ਤੇ 5 ਤਰੀਕ ਤੋਂ ਪਹਿਲਾਂ ਪਹਿਲਾਂ ਲੱਗੇ ਜਾਣਾ ਤੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਫਿਰ ਇਹ ਇਧਰ ਨੂੰ ਲੋਕਾਂ ਦਾ ਧਿਆਨ ਨਹੀਂ ਰਹਿਣਾ ਮੈਨੂੰ ਲੱਗਦਾ ਕਿ ਇਹ ਜਿਹੜੇ ਗੈਰ ਸਿਆਸੀ ਆ ਉਨ੍ਹਾਂ ਦਾ ਵੀ ਜਿਹੜੀ ਇੱਥੋਂ ਤੱਕ ਉਹਨਾਂ ਦੀ ਸਿਆਸਤ ਦਾ ਹੁਣ ਇੱਥੇ ਇੱਕ ਕਿਸਮ ਦਾ ਵਿਰਾਮ ਲੱਗ ਜੂਗਾ ਕਿਉਂਕਿ 29 ਤੋਂ ਬਾਅਦ ਕੋਈ ਤਾਂ 29 ਆ ਦਾ ਦੇਣੇ ਆ ਫਰਵਰੀ ਫਿਰ ਮਾਰਚ ਸ਼ੁਰੂ ਹੋ ਜਾਣਾ ਪਹਿਲੀ ਆ ਜਾਣੀ ਆ ਤੇ ਉਹਦੇ ਚ ਤੁਹਾਨੂੰ ਇੱਥੋਂ ਅੰਦਾਜ਼ਾ ਲੱਗ ਸਕਦਾ ਕਿ ਕਿੱਧਰ ਨੂੰ ਗੱਲ ਜਾ ਰਹੀ ਹੈ ਪਰ ਇਹ ਗੱਲ ਦੀ ਗੱਲ ਠੀਕ ਹੈ ਕਿ ਇਹ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਜੋਸ਼ ਵਿੱਚ ਕਿਸਾਨਾਂ ਦੇ ਜਜ਼ਬੇ ਦੇ ਵਿੱਚ ਕਿਸਾਨਾਂ ਦੇ ਜਥੇਬੰਦਕ ਸ਼ਕਤੀ ਦੇ ਵਿੱਚ ਤੇ ਉਹਨਾਂ ਦੀ ਸਮਝਦਾਰੀ ਦੇ ਵਿੱਚ ਵੀ ਕੋਈ ਕਮੀ ਨਹੀਂ ਅੱਗੇ ਨਾਲੋਂ ਵੱਧਾ ਹੀ ਹੋਇਆ ਤਜਰਬੇ ਦੇ ਨਾਲ ਇੱਕੋ ਗੱਲ ਜਿਹੜੀ ਆ ਉਹਨਾਂ ਨੂੰ ਕੰਟਰੋਲ 'ਚ ਕਰਨਾ ਪਊ ਕਿ ਇਹ ਮੈਂ ਅੱਗੇ ਤੇ ਮੈਂ ਤੂੰ ਅੱਗੇ ਤੇ ਮੈਂ ਪਿੱਛੇ ਤੇ ਇਹ ਕੰਮ ਛੱਡ ਕੇ ਮੈਂ 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 ਛੱਡ ਕੇ ਤੇ ਸੱਚੀ ਮੁੱਚੀ ਤੁਸੀਂ ਗੈਰ ਸਿਆਸੀ ਹੋ ਜਾਂ ਸਿਆਸੀ ਹੋ ਉਹਦਾ ਫਰਕ ਨਹੀਂ ਪੈਂਦਾ ਪਰ ਤੁਸੀਂ ਇਮਾਨਦਾਰ ਹੋ ਸ਼ਾਂਤੀਮਈ ਸੰਘਰਸ਼ ਰੱਖਿਆ ਇਸ ਗੱਲ ਦੀ ਵਧਾਈ ਕਿਤੇ ਹਾਲਾਂਕਿ ਉਹ ਸਾਂਤੀ ਦੇ ਰੱਖਦਿਆਂ ਰੱਖਦਿਆਂ ਵੀ ਸਾਨੂੰ ਨੌਜਵਾਨ ਖੋਣੇ ਪਏ ਕੁਝ ਸੱਟਾਂ ਲੱਗੀਆਂ ਇੱਕ ਦੀ ਸਾਨੂੰ ਸ਼ਹੀਦ ਹੋ ਗਏ ਇਹ ਸਾਰਾ ਕੁਝ ਉਹਦੇ ਬਹੁਤ ਸ਼ਾਂਤੀ ਰੱਖਦਿਆਂ ਹੋਇਆ ਹੋਇਆ ਪਿਛਲੀ ਵਾਰੀ ਇਹੋ ਜੀ ਗੱਲ ਤੋਂ ਬਚਾ ਸੀਗਾ ਮੈਨੂੰ ਲੋਰ ਮੈਨੂੰ ਸਾਨੂੰ ਇੰਜ ਲੱਗਦਾ ਕਿ ਉਹ ਟਰੈਕਟਰ ਦਾ ਮਜਾਰਾ ਜਾਂ WTO ਵਾਲਾ ਜਿਹੜਾ ਅੱਜ ਦਾ ਤੁਸੀਂ ਮੁੱਦਾ ਰੱਖਿਆ ਇਹ ਬਹੁਤ ਅਹਿਮ ਵੀ ਹੈ ਔਰ ਇਸਨੇ ਕਾਫੀ ਆਪਣੀ ਜਬਰਦਸਤ ਇੱਕ ਇਕਤਾ ਜਾਂ ਇੱਕ ਡਿਮੋਨਸਟ੍ਰੇਸ਼ਨ ਲੋਕਾਂ ਚ ਬੜੀ ਸਮਝਦਾਰੀ ਦੇ ਨਾਲ ਬਿਨਾ ਲੋਕਾਂ ਦੇ ਵਿੱਚ ਬਹੁਤੀਆਂ ਰੁਕਾਵਟਾਂ ਪਾਇਆ ਦਿਖਾਇਆ ਆ ਔਰ ਇਸ ਗੱਲ ਨੂੰ ਇਸੇ ਜਜ਼ਬੇ ਨੂੰ ਹੋਰ ਅੱਗੇ ਤੋਰਨੀ ਲੋੜ ਆ ਮੈਂ ਪ੍ਰਧਾਨ ਜਿਹੜੇ ਬੀਕੇ ਜੂ ਪੁਰਾਣੇ ਰਾਜੇਵਾਲ ਹੋਣਾ ਨਾ ਮੈਂ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ ਕੁਝ ਸਾਥੀ ਹੋਰ ਵੀ ਕਹਿ ਰਹੇ ਸੀ ਦੋਸਤ ਮਿੱਤਰ ਕਿ ਉਹ ਜਿਹੜੇ ਮਲਕ ਸਾਹਿਬ ਹੈਗੇ ਆ ਜਿਹੜੇ ਗਵਰਨਰ ਸੀ ਜੰਮੂ ਕਸ਼ਮੀਰ ਵਾਲੇ ਸਤਪਾਲ ਮਲਕ ਇੱਕ ਤੇ ਉਹਨਾਂ ਦੀ ਕਹਿੰਦੇ ਸਿਹਤ ਠੀਕ ਨਹੀਂ ਹੈ ਨਾਲੇ ਤੇ ਮੈਂ ਕਿਹਾ ਉਹਨਾਂ ਨੂੰ ਮੇਲਾ ਉਹ ਨਾਲੇ ਉਹਨਾਂ ਨੂੰ ਥੋੜਾ ਜਿਆਦਾ ਦੇਖੋ ਉਹਨਾਂ ਨੇ ਬੜਾ ਤੁਹਾਡੇ ਹੱਕ ਦੇ ਵਿੱਚ ਬੋਲੇ ਆ ਕਿ ਕਿਸਾਨ ਕੀ ਦਾ ਬੇਟਾ ਹੂੰ ਮੈਂ ਤੇ ਉਹਨਾਂ ਨੂੰ ਵੀ ਨਾਲ ਇਸ ਗੱਲ ਦੇ ਵਿੱਚ ਸymbolic ਤੌਰ ਤੇ ਵੀ ਉਹ ਜਰੂਰ ਉਹਨਾਂ ਦਾ ਹਾ ਦਾ ਨਾਰਾ ਉਹਨੂੰ ਸ਼ਾਮਲ ਉਹ ਆਵਾਜ਼ ਨੂੰ ਵਿੱਚ ਸ਼ਾਮਲ ਕਰਨਾ ਚਾਹੀਦਾ ਤੇ ਮੈਨੂੰ ਇਹ ਪਤਾ ਲੱਗਾ ਕਿ ਚੜੂਨੀ ਸਾਹਿਬ ਨਾਲ ਜਿਹੜੀ 6 ਮੈਂਬਰੀ ਕਮੇਟੀ ਹੈ ਗਰਨਾਮ ਸਿੰਘ ਚੜੂਨੀ ਨਾਲ ਅ ਗਾਇਵੇ ਸੀਗੇ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਤੇ ਉਹ ਸਾਰੇ ਉਸ ਪਾਸੇ ਨੂੰ ਲੱਗੇ ਹੋਏ ਆ ਹੁਣ ਇਹੀ ਇਹੀ ਛੇ ਮੈਂਬਰੀ ਕਮੇਟੀ ਨੂੰ ਹਿੰਮਤ ਕਰਕੇ ਗੈਰ ਸਿਆਸੀਆਂ ਨਾਲ ਵੀ ਜੋ ਵੀ 네ਗੋਸ਼ੀਏਟਿੰਗ ਦਾ ਕਰਕੇ ਪਹਿਲਾਂ ਆਪਣਾ ਤਾਣਾ ਬਾਣਾ ਜਿਹੜਾ ਥੋੜਾ ਹੋਰ ਸਵਾਰ ਲੈਣਾ ਚਾਹੀਦਾ ਤਾਂ ਕਿ ਜਦੋਂ ਵੀ ਕੋਈ ਦੁਬਾਰਾ ਕੋਈ ਇਹੋ ਜਿਹਾ ਮੁੱਦਾ ਆਉਂਦਾ ਤਾਂ ਉਹਦੇ ਵਿੱਚ ਇਹ ਨਾ ਹੋਏ ਕਿ ਵੀ ਉਹ ਰਹਿ ਗਿਆ ਤੇ ਆ ਅੱਗੇ ਚਲਾ ਗਿਆ ਤੇ ਆ ਪਿੱਛੇ ਰਹਿ ਗਿਆ ਸਾਰੇ ਕਦਮ ਮਿਲਾ ਕੇ ਚੱਲਣ ਤੇ ਸਾਰੇ ਇੱਕ ਆਵਾਜ਼ ਦੇ ਨਾਲ ਚੱਲਣ ਬਿਲਕੁਲ ਜਿਹੜੇ ਕਿਸਾਨ ਬੋਰਡਰਾਂ ਤੇ ਬੈਠੇ ਨੇ ਉਹਨਾਂ ਦੇ ਅੰਦਰੋਂ ਵੀ ਇਹੀ ਆਵਾਜ਼ਾਂ ਲਗਾਤਾਰ ਉੱਠ ਰਹੀ ਹੈ ਉਹ মিডিਆ ਜ਼ਰੀਏ ਆ ਕੇ ਜਾਂ ਸੱਥਾਂ ਦੇ ਵਿੱਚ ਵੀ ਗੱਲਾਂ ਕਰ ਰਹੇ ਨੇ ਕਿ ਸੰਯੁਕਤ ਅੰਦੋਲਨ ਚੱਲਣਾ ਚਾਹੀਦਾ ਹੈ ਸੰਯੁਕਤ ਕਿਸਾਨ ਮੋਰਚਾ ਇਹ ਸਾਰੇ ਜਿੰਨੇ ਕਿਸਾਨ ਤੇ ਰਹੇ ਸਾਰਿਆਂ ਇੱਕ ਪਲੇਟਫਾਰਮ ਤੇ ਆ ਕੇ ਉਸੇ ਤਰ੍ਹਾਂ ਇੱਕ ਆ ਬਣਾ ਕੇ ਸੰਯੁਕਤ ਅੰਦੋਲਨ ਵਾਲੇ ਪਾਸੇ ਦਨ ਪਰ ਅਸਰ ਜਿੱਤ ਤਾ ਗੱਲ ਤੁਸੀਂ ਚੋਣ ਜ਼ਾਬਤੇ ਦੀ ਕੀਤੀ ਮੋਦੀ ਸਾਹਿਬ ਵੀ ਕਹਿ ਗਏ ਕਿ ਹੁਣ ਤਾਂ ਅਗਲਾ 111ਵਾਂ ਜਿਹੜਾ ਮਨ ਕੀ ਬਾਤ ਆ ਉਹ ਅਗਲੇ ਪਾਸੇ ਜਾ ਕੇ 3 ਮਹੀਨਿਆਂ ਬਾਅਦ ਹੋਏਗੀ ਮਤਲਬ ਕਿ ਅਗਲਾ ਨਹੀਂ ਪ੍ਰੋਗਰਾਮ ਕਰ ਲੈ ਮਨ ਸੁਭਾਵਕ ਹੈ ਕਿ ਚੋਣ ਜ਼ਾਬਤਾ ਲੱਗ ਜਾਣਾ ਬਹੁਤ ਛੇਤੀ ਲੱਗ ਜਾਣਾ ਇਹ ਵੀ ਆ ਪੰਦੀਰ ਸਾਹਿਬ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਕਿਸਾਨ ਆ ਗੁਨੇ ਸਰਵਨ ਸਿੰਘ ਪੰਦੀਰ ਉਹ ਕਹਿੰਦੇ ਕਿ ਲੱਗ ਜੇ ਚੋਣਾਂ ਆਉਂਦਾ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ ਕੀ ਵਾਕਈ ਕਿਸਾਨਾਂ ਨੂੰ ਜਾਂ ਅੰਦੋਲਨਾਂ ਨੂੰ ਜਾਂ ਇਸ ਕਿਸਮ ਦੀ ਜੋ ਮੰਗਾ ਚੁੱਕਰੇ ਨੇ ਐਮਐਸਪੀ ਤੇ ਡਬਲਯੂਟੀਯੂ ਦੀ ਗੱਲ ਕਰੀ ਉਹਨੂੰ ਵਾਕਈ ਕੋਈ ਫਰਕ ਨਹੀਂ ਪੈਂਦਾ ਕੀ ਇਹ ਮਤਲਬ ਕਿ ਨਾਲੋਂ ਨਾਲ ਚੱਲ ਸਕਦਾ ਇੱਕ ਪਾਸੇ ਇਲੈਕਸ਼ਨ ਹੋ ਰਹੀਆਂ ਤੇ ਦੂਜੇ ਪਾਸੇ ਤੁਸੀਂ ਇਹ ਕਿਤੇ ਉਹ ਸੁਨੇਹਾ ਨਾ ਜਾਵੇ ਕਿ ਦੇਖੋ ਜੀ ਅਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ ਲੋਕ ਸਿਆਸੀ ਤੌਰ ਤੇ ਜਿਹੜੇ ਮਤਲਬ ਕਿ ਪਿੱਛੋ ਪੁਛਤ ਪਨਾਹੀ ਨਾਲ ਆਏ ਨੇ ਤੇ ਇਸ ਬੀਜੇਪੀ ਨੂੰ ਢਾਹ ਲਾਉਣਾ ਚਾਹੁੰਦੇ ਨੇ ਇਸ ਕਿਸਮ ਦਾ ਕੋਈ ਮੈਸੇਜ ਜਾਂ ਕੀ ਇਸ ਚੋਣ ਜ਼ਾਬਤੇ ਦੇ ਵਿੱਚ ਵੀ ਕੁਝ ਹੋ ਸਕਦਾ ਕਿਸਾਨਾਂ ਦੇ ਪੱਖ ਵਿੱਚ ਜਾਂ ਇਹ ਮਤਲਬ ਟਿਕੇ ਰਹਿਣਗੇ ਅਗਲੀ ਸਰਕਾਰ ਦੀ ਵੇਟ ਕਰਨਗੇ ਦੇਖੋ ਜੇ ਤੇ ਉਹਨਾਂ ਨੇ ਆਪਣੀ ਜਿੱਦ ਪਗਾਉਣੀ ਹੈ ਤੇ ਬੈਠੇ ਰਹਿਣ ਨਾਰੇ ਮਾਰੀ ਜਾਣ ਕੁਝ ਨਾ ਕੁਝ ਕਰੀ ਜਾਣ ਕੋਈ ਹਰਜ ਨਹੀਂ ਆ ਕਰ ਲੈਣ ਪਰ ਇੱਕ ਗੱਲ ਦਾ ਖਿਆਲ ਰੱਖਣ ਕਿ ਲੋਕਾਂ ਵੱਲੋਂ ਜਿਹੜਾ ਸਾਥ ਹਰ ਤਰੀਕੇ ਦਾ ਜਿੱਥੇ ਲੋਕਾਂ ਨੇ ਤਨ ਮਨ ਧਨ ਦਾ ਸਾਥ ਦੇਣ ਜਿੱਥੇ ਲੋਕ ਆਪ ਵੀ ਆਉਂਦੇ ਸੀਗੇ ਤੁਹਾਡੀ ਸਪੋਰਟ ਹਰ ਤਰੀਕੇ ਨਾਲ ਛੱਡਿਗੜ ਦੇ ਚਰਾਇਆਂ 'ਚ ਖੜੇ ਹੋ ਕੇ ਲਗਾਤਾਰ ਸਾਲੋਂ ਬਾਅਦ ਉਹਨਾਂ ਨੇ ਰੋਜ਼ ਸ਼ਾਮ ਨੂੰ ਇਕੱਠੇ ਹੋਣਾ ਇਹ ਉਹਦੀ ਜਿਹੜੀ ਇੱਕ ਆਪ ਮਹਾਰੇ ਵੱਡੀ ਦਿਲੋਂ ਉਹ ਇੰਜ ਸਮਝਦੇ ਸੀ ਕਿ ਇਹ ਸਾਡਾ ਇੱਕ ਧਾਰਮਿਕ ਫਰਜ਼ ਹੈ ਸਾਡਾ ਇੱਕ ਸਪਿਰਚੁਅਲ ਫਰਜ਼ ਹੈ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਖੜਾ ਹੋਣਾ ਉਸ ਕਿਸਮ ਦਾ ਜਜ਼ਬਾ ਤੁਸੀਂ ਪੈਦਾ ਕਰ ਨਹੀਂ ਕਰ पाओगे ਦੂਸਰਾ ਜੋ ਜਿਸ ਤਰੀਕੇ ਨਾਲ ਹੁਣ ਟਰੇਡਰਸ ਨੇ ਇੰਡਸਟਰੀ ਲਿਸਟਾਂ ਨੇ ਜਿਹੜੇ ਕਾਰੋਬਾਰੀ ਆ ਉਹਨਾਂ ਦਾ ਸਿੱਥ ਪੰਜਾਬ ਦਾ ਕਾਰੋਬਾਰ ਬਹੁਤ ਖਰਾਬ ਹੋ ਰਿਹਾ ਉਹਦਾ ਤੁਹਾਡੇ ਕੋਲ ਕੀ ਜਵਾਬ ਹੋ ਤੀਜਾ ਲੋਕ ਚੋਣਾਂ ਦੇ ਵਿੱਚ ਤੇ ਚੋਣਾਂ ਦੇ ਵਿੱਚ ਹੀ ਮੂਡ ਹੋਊਗਾ ਸਾਰਾ ਵੀ ਕਿਹਨੂੰ ਸਪੋਰਟ ਕਰੀਏ ਕਿਹਨੂੰ ਨਹੀਂ ਕਰੀਏ ਉਹ ਇੱਕ ਮਾਹੌਲ ਆ ਉਹ ਇੱਕ ਦੰਗਲ ਹੋਊਗਾ ਪੂਰਾ ਉਸ ਨਗਾਰਖਾਨੇ 'ਚ ਇਹ ਤੂਤੀ ਦੀ ਕੌਣ ਸੁਣੂਗਾ ਫਿਰ ਆਪਾਂ ਕੀ ਉੱਥੇ ਬੰਦਿਆਂ ਨੂੰ ਉਸ ਪਾਸੇ ਨੂੰ ਰੱਖ ਪਾਵਾਂਗੇ ਕਿਉਂਕਿ ਤੁਸੀਂ ਗੈਰ ਸਿਆਸੀ ਆ ਸੀ ਨਾ ਪਰ ਕੀ ਤੁਸੀਂ ਵੋਟਾਂ ਦੇ ਬਾਈਕਾਟ ਦਾ ਨਾਰਾ ਦੇਵੋਗੇ ਜਾਂ ਤੁਹਾਡੇ ਬੰਦੇ ਵੋਟ ਵੀ ਪਾਉਣਗੇ ਮੈਨੂੰ ਤੇ ਲੱਗਦਾ ਇਹਨਾਂ ਦੇ ਬੰਦੇ ਵੋਟ ਪਾਉਂਦੇ ਆ ਫਿਰ ਗੈਰ ਸਿਆਸੀ ਕਹਦੇ ਹੋ ਤੁਸੀਂ ਦੂਜਿਆਂ ਦੀ ਸਿਆਸਤ ਨੂੰ ਸਪੋਰਟ ਕਰੋਗੇ ਆਪਣੀ ਸਿਆਸਤ ਨਹੀਂ ਕਰੋਗੇ ਇਹ ਤਾਂ ਬੜਾ ਵੀ ਅਜੀਬ ਜੀ ਗੱਲ ਆ ਕਿ ਤੁਸੀਂ ਆਪਣੇ ਮਨ ਦੇ ਸਿਆਸੀ ਬੰਦੇ ਲਿਆਉਣੇ ਨਹੀਂ ਔਰ ਦੂਜੇ ਜਿਹੜੇ ਆ ਜਿਹੋ ਜਿਹੇ ਵੀ ਮਿਲ ਗਏ ਜਿਹੋ ਜਾ ਕੱਚਾ ਪਿੱਲਾ ਮਿਲ ਗਿਆ ਉਹਨੂੰ ਵੋਟ ਪਾ ਕੇ ਘਰੇ ਆ ਜਾਣਾ ਤੇ ਮਗਰੋਂ ਜੁੱਤੀਆਂ ਦਾ ਸਮਾਨ ਵੰਡਦਾ ਆ ਆ ਤੁਹਾਡੇ ਸਾਹਮਣੇ ਕਿੰਨੇ ਧੱਕੇ ਖਾਦੇ ਆ ਕੀ ਸੀਧ ਹੋਏ ਤੇ ਕਿਉਂ ਇੰਨੇ ਪੋਲਿਟਿਸ਼ੀਨਰਾਂ ਦੇ ਹੱਥੋਂ ਹੀ ਹੋ ਰਿਹਾ ਆ ਨਾ ਤੇ ਸੋਚਣਾ ਚਾਹੀਦਾ ਰੀਵਿਊ ਕਰਨਾ ਚਾਹੀਦਾ ਕਿ ਕੀ ਅਸੀਂ ਉਹੋ ਜਿਹਾ ਜਦੋਂ ਹਨੇਰੀ ਇਲੈਕਸ਼ਨਾਂ ਵਾਲੀ ਚੜੂਗੀ ਜਦੋਂ ਸਾਰੀ ਚਰਚਾ ਮੀਡੀਆ ਦੀ ਉਸ ਪਾਸੇ ਹੋਊਗੀ ਤੇ ਫਿਰ ਤੁਹਾਨੂੰ ਉਹ ਮੀਡੀਆ ਜਗ੍ਹਾ ਨਹੀਂ ਦੇਣ ਲੱਗਾ ਇਸ ਲਈ ਜੇ ਤੇ ਤੁਸੀਂ ਉਸ ਨੂੰ ਟੈਂਪਰੇਰੀ ਸਸਪੈਂਡ ਕਰਨਾ ਕਰ ਲਓ ਸਿੰਬੋਲਿਕ ਤੌਰ ਤੇ ਬੈਠੇ ਰਹਿਣਾ ਬੈਠੇ ਰੋ ਪਰ ਜਿੰਨੀ ਜ਼ਬਰਦਸਤ ਹੁਣ ਅ ਨਾਕਾਬੰਦੀ ਕੀਤੀ ਹੋਈ ਹੈ ਉੱਥੋਂ ਅੱਗੇ ਜਾਣਾ ਤੇ ਮੁਸ਼ਕਲ ਲੱਗਦਾ ਆ ਪਰ ਤੁਸੀਂ ਉਹਨੂੰ ਨਾਕੇ ਨੂੰ ਵੀ ਕਿੰਨੀ ਦੇਰ ਤੱਕ ਰੱਖ ਸਕੋਗੇ ਉਹ ਵੀ ਇੱਕ ਸੋਚਣ ਵਾਲੀ ਗੱਲ ਹੋਊਗੀ ਇਹ ਸਾਰੀ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਆ ਆਦਰਵਾਇਜ਼ ਤੁਹਾਨੂੰ ਰੋਕਣ ਵਾਲਾ ਤੇ ਕੋਈ ਨਹੀਂ ਹੈ ਸੰਭਾਵਨਾਕ ਤੌਰ ਤੇ ਤੇ ਤੁਸੀਂ ਜੋ ਮਜਾਰੇ ਕਰਨੇ ਆ ਕਰੀ ਚੱਲੋ ਪਰ ਉਸ ਨੂੰ ਕੋਈ ਸੁਣੂਗਾ ਜਾਂ ਤੁਹਾਨੂੰ ਕੋਈ ਉਸ ਦੇ ਤੁਹਾਡੇ ਅੰਦੋਲਨ ਨੂੰ ਫਾਇਦਾ ਹੋਊਗਾ ਇਹ ਸੋਚਣ ਵਾਲੀ ਗੱਲ ਹੈ ਅੱਛੇ ਇਹਦੇ ਵਿੱਚ ਇੱਕ ਹੋਰ ਹੈ ਕਿ ਨਾਲੋਂ ਨਾਲ ਜਦ ਮਤਲਬ ਕਿ ਜਦੋਂ ਮੋਦੀ ਸਾਹਿਬ ਦੀਆਂ ਗਰੰਟੀਆਂ ਚੱਲਦੀਆਂ ਆ ਉਹ ਪ੍ਰਚਾਰ ਜੋ ਚੱਲ ਰਿਹਾ ਹੈ ਮੀਡੀਆ ਦੇ ਇੱਕ ਧੜੇ ਦੇ ਵਿੱਚ ਕੋਈ ਗੋਦੀ ਮੀਡੀਆ ਕਹਿੰਦਾ ਕੋਈ ਨੈਸ਼ਨਲ ਮੀਡੀਆ ਕਹਿੰਦਾ ਹਿੰਦੀ ਵੈਲਟ ਦਾ ਵੀਡੀਓ ਕਹਿੰਦਾ ਉਥੇ ਇੱਕ ਪ੍ਰੋਪਾਗੈਂਡਾ ਟਾਈਪ ਨਜ਼ਰ ਆਉਂਦਾ ਹੈ ਕਿ ਤੁਸੀਂ ਪੰਜਾਬ ਸੈਂਟ੍ਰਿਕ ਕਰ ਰਹੇ ਹੋ ਕਿਸਾਨਾਂ ਦੀ ਮੰਗਾਂ ਨੂੰ ਕਿਸਾਨਾਂ ਦੇ ਮੁੱਦਿਆਂ ਨੂੰ ਖਾਸ ਕਰਕੇ ਐਮਐਸਪੀ ਦੀ ਗੱਲ ਜਾਂ ਡਬਲਿਊਟੀਓ ਦੀ ਗੱਲ ਜਾਂ ਹੋਰ ਵੀ ਕਿਸਾਨਾਂ ਦੇ ਜਿੰਨੇ ਮੁੱਦੇ ਮੰਗਾ ਨਹੀਂ ਉਹਨਾਂ ਸਾਰਿਆਂ ਨੂੰ ਜਿਸ ਤਰੀਕੇ ਨਾਲ ਉਹਨੂੰ ਮਤਲਬ ਕਿ ਸਟੋਰੀਜ਼ ਬਣਾਵਾ ਕੇ ਪੋਸਟ ਕੀਤਾ ਜਾ ਰਿਹਾ ਹੈ ਕਿ ਜੀ ਪੰਜਾਬ ਦਾ ਕਿਸਾਨ ਜਾਂ ਪੰਜਾਬ ਦੀ ਫਸਲ ਨਾਲ ਕਿੰਨਾ ਕੁ ਮੁਲਕ ਦਾ ਢਿੱਡ ਭਰਦਾ ਹੈ ਇਹਦਾ ਕੀ ਮਤਲਬ ਸਮਝਿਆ ਜਾਵੇ ਮੈਂ ਬੜਾ ਹੈਰਾਨ ਹਾਂ ਉਹ ਪਤਾ ਨਹੀਂ ਬੀਬੀ ਨੂੰ ਕੁਝ ਅਕਲ ਦੀ ਕਮੀ ਸੀ ਉਹ ਇੱਕ ਬੋਲ ਰਹੀ ਸੀ ਮੈਂ ਉਹ ਕਿਸੇ ਚੈਨਲ ਦੇ ਉੱਤੇ ਆਪਾਂ ਹੁਣ ਉਹ ਨਹੀਂ ਨਾਂ ਲੈਣਾ ਪਰ ਉਹ ਇਹ ਕਹਿ ਰਹੀ ਹੈ ਕਿ ਦੇਖੋ ਜੀ ਜਿਹੜਾ ਟੋਟਲ ਅਮਾਉਂਟ ਆ ਕਣਕਾਂ ਦਾ ਕਣਕ ਦਾ ਤੇ ਝੋਨੇ ਦਾ ਉਹ ਤੇ ਮੈਂ ਪ੍ਰੋਫੈਸਰ ਸਾਬ ਇੱਥੇ ਥੋੜਾ ਜਿਹਾ ਸਪਸ਼ਟ ਕਰ ਦਿੰਦਾ ਕਿ ਉਹ ਬੀਬੀ ਜਿਹੜੀ ਵੀ ਬੋਲ ਰਹੀ ਸੀਗੀ ਉਹ AI ਆ ਆਰਟੀਫੀਸ਼ੀਅਲ ਇੰਟੈਲੀਜੈਂਸੀ ਆਵਾਜ਼ ਕਿਸੇ ਹੋਰ ਦੀ ਤੇ ਉਹ ਉਸ ਤਰੀਕੇ ਦੇ ਨਾਲ ਰਿਪੋਰਟ ਅੱਜਕੱਲ ਜਿਹੜੀ ਚੱਲਦੀ ਹੈ ਨਾ ਉਹਦੀ ਵਰਤੋਂ ਕੀਤੀ ਗਈ ਉਹ ਕੋਈ ਸਪੈਸੀਫਿਕ ਰਬੀ ਬਚਾਏ ਕੋਈ ਪਤਾ ਨਹੀਂ ਲੱਗਦਾ ਭਾਈ ਸਾਨੂੰ ਤੇ ਉਹ ਬੀਬੀ ਦਿਖੀ ਆ ਹੁਣ ਤੁਹਾਨੂੰ ਪਤਾ ਲੱਗ ਹੋ ਸਕਦਾ ਉਹ ਆਰਟੀਫੀਸ਼ੀਅਲ ਹੀ ਹੋਵੇ ਤੁਹਾਡੇ ਕੋਲ ਖਬਰ ਅਲੱਗ ਹੋਊਗੀ ਭਾਈ ਮੈਂ ਤੇ ਸਾਡੇ ਤੇ ਕੰਨਾਂ ਨੂੰ ਹੱਥ ਲਾਇਏ ਹੋ ਕੀ ਰਿਹਾ ਸੰਸਾਰ ਦੇ ਵਿੱਚ ਵੀ ਜਿੱਥੇ ਇਹ ਜਾਦੂ ਹੀ ਆਏ ਕਿ ਸਮਝ ਲਓ ਕਿ ਉਹ ਖਬਰਾਂ ਦੇ ਰਹੀ ਸੀ ਖੜੀ ਬੜਾ ਸੋਹਣੀਆ ਖਬਰਾਂ ਤੇ ਮੈਂ ਤੇ ਉਹਨੂੰ ਉੰਜ ਹੀ ਸਮਝਿਆ ਵੀ ਜਿੰਦਾ ਵੀ ਹੋਊਗੀ ਅਸਲ ਮਾਂ ਨੇ ਤੂੰ ਕਹੀਂ ਉਹ ਆਰਟੀਪੀ ਚਲਿਆ ਪਰੇ ਸਾਨੂੰ ਤੇ ਮੇਰੀਆਂ ਅੱਖਾਂ ਤੇ ਨਹੀਂ ਇਹੋ ਜਿਹਾ ਮੈਂ ਤੇ ਜੋਰੀ ਨਹੀਂ ਆ ਕਿ ਪਤਾ ਲੱ ਲਾ ਪਿੱਤਲ ਕਿਹੜਾ ਤੇ ਸੋਨਾ ਕਿਹੜਾ ਪਰ ਉਹਦੇ ਚ ਭਾਸ਼ਣ ਕੀ ਦਿੱਤਾ ਜਾ ਰਿਹਾ ਸੀ ਉਹ ਇੰਪੋਰਟੈਂਟ ਸੀ ਉਹ ਇਹ ਸੀ ਕਿ ਪੰਜਾਬ ਪੰਜਾਬ ਖਰੀ ਜਾਂਦੇ ਆ ਇਹਨਾਂ ਨਾਲ ਵੱਧ ਤੇ ਮੱਧ ਪ੍ਰਦੇਸ਼ ਦੇ ਵਿੱਚ ਕਣਕ ਪੈਦਾ ਹੁੰਦੀ ਆ ਇਹਨਾਂ ਨਾਲ ਵੱਧ ਤੇ ਯੂਪੀ ਚ ਕਣਕ ਪੈਦਾ ਹੁੰਦੀ ਆ ਝੋਨੇ ਦੀ ਗੱਲ ਕਰੀ ਜਾਂਦੇ ਇਹਨਾਂ ਨਾਲ ਵੱਧ ਤੇ ਝੋਨਾ ਫਲਾਨੇ ਜਗ੍ਹਾ ਤੇ ਪੈਦਾ ਹੁੰਦਾ ਭਾਈ ਉੱਥੇ ਪੈਦਾ ਹੁੰਦਾ ਮਾਰਕੀਟ ਚ ਕਿੰਨਾ ਪਰਸੈਂਟ ਆਉਂਦਾ ਉਹਦੀ ਗੱਲ ਤੇ ਕਰੋ ਤੁਸੀਂ ਸਾਡੇ ਕਿਸੇ ਵੇਲੇ ਝੋਨਾ ਜਿਹੜਾ ਟੋਟਲ ਪੈਦਾ ਹੁੰਦਾ ਸੀ ਪੰਜਾਬ ਦੇ ਅੰਦਰ 90% ਉਹਦਾ ਮਾਰਕੀਟ ਚ ਜਾਂਦਾ ਸੀ ਅਸੀਂ ਇਹ ਝੋਨਾ ਖਾਂਦੇ ਹੀ ਨਹੀਂ ਸਾਰੇ ਦਾ ਸਾਰਾ ਮਾਰਕੀਟ ਜਾਂਦੇ ਫਿਰ ਤੁਸੀਂ ਤੁਹਾਨੂੰ ਸਮਝ ਨਹੀਂ ਪੈਂਦੀ ਕਿ ਮਾਰਕੀਟ ਚ ਕਿੰਨਾ ਦੇਸ਼ ਦੇ ਨੈਸ਼ਨਲ ਪੂਲ ਦੇ ਵਿੱਚ ਇੰਨੀ ਜਿਹੜੀ ਪਾਪੂਲੇਸ਼ਨ ਆ ਪੌਣੇ 3 ਕਰੋੜ ਦੀ ਔਰ ਉਹਦੇ ਚ ਕਿਸਾਨ ਤੁਸੀਂ ਹੋਰ ਵੀ ਥੋੜੇ ਹੈਗੇ ਆ ਉਹ ਕੁੱਲ ਮਿਲਾ ਕੇ ਕਿੰਨਾ ਹਿੱਸਾ ਦੇਸ਼ ਦੇ ਕਲੈਕਟਿਵ ਪੂਲ ਚ ਦੇ ਰਿਹਾ ਤੁਹਾਨੂੰ ਇੰਨੀ ਆਪਾਕਲ ਹੋਣੀ ਚਾਹੀਦੀ ਆ ਗੱਲ ਕਰਦੋ ਪਹਿਲਾਂ ਰੋਲਾ ਪਾਉਣ ਤੋਂ ਪਹਿਲਾਂ ਮੈਂ ਅਸੀਂ ਤੇ ਹੁਣ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿਉਂਕਿ ਉਹ ਤੇ ਹੈ ਹੀ ਆਰਟੀਪੀ ਚ ਲਿਆ ਪਰ ਗੱਲ ਜਿਹੜੀ ਪ੍ਰਚਾਰ ਕੀਤੀ ਜਾ ਰਹੀ ਜੇ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਆਰਟੀਪੀ ਚ ਲਿਆ ਹੈ ਤੇ ਜੇ ਬਾਕੀ ਬੰਦਿਆਂ ਨੂੰ ਜਨਤਾ ਦੇ ਨੱਦਰ ਨੂੰ ਦੱਸੋ ਕਿੱਥੋਂ ਪਤਾ ਲੱਗਣਾ ਹੈ ਕਿ ਇਹ ਬੀਬੀ ਜਿਹੜੀ ਬੋਲ ਰਹੀ ਆ ਅਸਲ ਚ ਸੱਚੀ ਨਹੀਂ ਹੈ ਇੱਕ ਵੈਸੀ ਮੂਰਤ ਕੋਈ ਲਾ ਕੇ ਤੇ ਬੜ 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 ਹੋਈ ਜਾਂਦਾ ਦੂਜੀ ਗੱਲ ਕਣਕ ਦਾ ਕਣਕ ਸਾਡੇ ਦੇਖੋ ਜਿੰਨੀ ਫਸਲ ਕਣਕ ਇੱਕ ਹੱਬ ਕ੍ਰੌਪ ਕਹਿੰਦੇ ਆ ਪੰਜਾਬ ਦੇ ਅੰਦਰ ਮੈਨੂੰ ਨਹੀਂ ਲੱਗਦਾ ਕੋਈ ਵੀ ਚੱਪਾ ਬਚਿਆ ਹੁੰਦਾ ਜਦੋਂ ਕਣਕ ਦੀ ਫਸਲ ਹੁੰਦੀ ਹੈ ਸਾਰੀ ਜਗ੍ਹਾ ਤੇ ਉਹਦੇ ਚੋਂ ਵੱਡਾ ਹਿੱਸਾ ਤਕਰੀਬਨ ਅੱਧ ਜੜਾ ਅੱਧੋਂ ਵੱਧ ਜਾਂ ਅੱਧ ਉਹ ਮਾਰਕੀਟ ਵਿੱਚ ਜਾਂਦਾ ਤੇ ਮੱਧ ਪ੍ਰਦੇਸ਼ ਦੇ ਵਿੱਚ ਜਿੰਨੀ ਮਰਜੀ ਕਣਕ ਪੈਦਾ ਹੁੰਦੀ ਹੋਵੇ ਯੂਪੀ ਚ ਜਿੰਨੀ ਮਰਜੀ ਹੋਵੇ ਮਾਰਕੀਟ ਚ ਸਰਪਲਸ ਕਿੰਨੀ ਹੁੰਦੀ ਉਹ ਤੇ ਸਾਨੂੰ ਦੇਖਣੀ ਪਊਗੀ ਨਾ हां पंजाब ਜੇ ਛੋਟਾ ਹੈ ਤੇ ਟੋਟਲ ਕੁਆਂਟੀਟੀ ਦੇ ਵਿੱਚ ਤੇ ਥੋੜ੍ਹਾ ਹੀ ਹੋਊਗਾ ਪਰ ਤੁਸੀਂ ਜਿਸ ਜਿਸ ਪੱਧਰ ਤੇ ਐ ਪਰ ਇਕੜ ਯੀਲਡ ਜਿਹਨੂੰ ਕਹਿੰਦੇ ਆ ਝਾੜ ਸਾਡਾ ਕਿੰਨਾ ਆ ਕਿੰਨੀ ਸਾਡਾ ਰਕਬਾ ਖੇਤੀ ਦੇ ਥੱਲੇ ਆ ਕਿੰਨਾ ਸਾਡੀ ਪ੍ਰੋਡਕਟਿਵਿਟੀ ਤੇ ਹੋਰ ਸਾਰਾ ਇਨਪੁਟ ਆਉਟਪੁਟ ਸਾਰਾ ਕੁਝ ਮਾਰਕੀਟਿੰਗ ਮੈਕੈਨਿਜ਼ਮ ਕਿੰਨਾ ਉਨ ਉੱਥੇ ਹੀ ਤੇ ਸੇਕ ਲੱਗੂਗਾ ਨਾ ਜਿੱਥੇ ਬਣੀ ਹੋਈ ਚੀਜ਼ ਕਿਤੇ ਟੁੱਟ ਰਹੀ ਆ ਉਹਦੇ ਵਿੱਚ ਕਿਤੇ ਥਰੇੜਾਂ ਆ ਰਹੀਆਂ ਜਿੱਥੇ ਹੈ ਹੀ ਕੁਛ ਨਹੀਂ ਜਿੱਥੇ ਮੰਡੀ ਹੈ ਹੀ ਨਹੀਂ ਏਪੀਐਮਸੀ ਹੈ ਹੀ ਨਹੀਂ ਤੂੰ ਉੱਥੇ ਕਾ ਕੇ ਰੌਲਾ ਪੈਣਾ ਹੈ ਇਸ ਲਈ ਤੁਸੀਂ ਪੰਜਾਬ ਦੇ ਦਰਦ ਨੂੰ ਸਮਝੋ ਪੰਜਾਬ ਨੇ ਉਦੋਂ ਠੂਠਾ ਛਡਵਾਇਆ ਸਾਰੇ ਦੇਸ਼ ਦਾ ਜਿਹੜਾ ਇੰਦਰਾ ਗਾਂਧੀ ਲੈ ਕੇ ਚੱਲਦੀ ਸੀ ਸਾਰੀ ਦੁਨੀਆ 'ਚ ਅਨਾਜ ਮੰਗਣ ਤੇ ਅੱਜ ਵੀ ਉਹ ਆਪਣੇ ਲਈ ਖਾਣ ਲਈ ਨਹੀਂ ਪੈਦਾ ਕਰ ਰਹੇ ਪੂਰੇ ਦੇਸ਼ ਲਈ ਪੈਦਾ ਕਰ ਰਹੇ ਆ ਇਸ ਗੱਲ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਬਿਲਕੁਲ ਗੱਲ ਵੀ ਸਹੀ ਹੈ ਇਹ ਇਹੋ ਜਿਹੀ ਆਰਟੀਫੀਸ਼ੀਅਲ ਜਿਹੜੀਆਂ ਇੰਟੈਲੀਜੈਂਸ ਇਹਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਬਹੁਤ ਕੁਝ ਹਰੇਕਾ ਲੋਕ ਸਭਾ ਇਲੈਕਸ਼ਨ ਜਦੋਂ ਚੋਣ ਜ਼ਾਬਤਾ ਲੱਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕ ਬੈਠੇ ਨੇ ਤੇ ਉੱਤੇ ਬਹੁਤ ਕੁਝ ਆਏਗਾ ਇਹੋ ਜਿਹਾ ਬੜੇ ਧਿਆਨ ਦੇ ਨਾਲ ਉਹਨਾਂ ਦੀ ਜਿਹੜੀ ਲਿਪਸਿੰਗ ਹੈ ਉਹਨਾਂ ਦੇ ਤੌਰ ਤਰੀਕਾ ਬੋਲਣ ਦਾ ਉਹਦੇ ਤੋਂ ਵੈਸੇ ਸਾਫ਼ ਸਪਸ਼ਟ ਹੋ ਜਾਂਦਾ ਹੋਣੀ-ਗੋਣੀ ਜਦੋਂ ਉਹ ਸਾਰੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਣਗੀਆਂ ਫੇਕ ਵੀ ਹੋਣਗੇ ਉਹਦੇ ਵਿੱਚ ਦਾਅਵੇ ਫੇਕ ਹੋਣਗੇ ਬੜਾ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਅੱਛਾ ਪ੍ਰੋਫੈਸਰ ਸਾਹਿਬ ਕਿਸਾਨੀ ਦੀ ਗੱਲ ਆਪਾਂ ਤੋਰ ਰਿਆਂ ਨਾਲੋਂ ਨਾਲ ਇੱਕ ਬਹੁਤ ਅਹਿਮ ਖਬਰ ਰਹੀ ਹੈ ਇਹਦੇ ਵਿੱਚ ਉਪਰਿਤਪਾਲ ਸਿੰਘ ਦਾ ਮਾਮਲਾ ਜਿਹਨੂੰ ਵਿਚਾਰੇ ਨੂੰ ਕੁੱਟਿਆ ਗਿਆ ਬੋਰੀ ਦੇ ਵਿੱਚ ਪਾ ਕੇ ਜ਼ਾਲਮਾਨਾ ਢੰਗ ਦੇ ਨਾਲ ਇਹ ਸਮਝ ਲਓ ਕਿ ਆਪਣੇ ਵੱਲੋਂ ਤੇ ਮਾਰ ਮੁਕਾ ਦਿੱਤਾ ਹਾਈ ਕੋਰਟ ਦੇ ਵਿੱਚ ਜੋ ਹਰਿਆਣਾ ਪੁਲਿਸ ਨੇ ਜੀਨਦਲੀ ਪੁਲਿਸ ਨੇ ਆਪਣਾ ਪੱਖ ਰੱਖਿਆ ਉਹ ਬਹੁਤ ਅਹਿਮੀਅਤ ਰੱਖਦਾ ਹੈ ਇਹ ਦੋ ਮਾਮਲੇ ਨਾਲੋਂ ਨਾਲ ਚੱਲ ਰਹੇ ਨੇ ਇੱਕ ਤਾਂ ਹਰਿਆਣੇ ਵਾਲਿਆਂ ਦਾ ਇਕੱਤਰ ਪੰਜਾਬ ਸਰਕਾਰ ਦਾ ਕਿ ਹਾਲੇ ਤੱਕ ਸ਼ੁਭਕਰਨ ਸਿੰਘ ਦੇ ਮਾਮਲੇ 'ਚ ਐਫ ਆਈ ਆਰ ਦਰਜ ਨਹੀਂ ਹੋਈ ਲਟਕਾਇਆ ਕਿਉਂ ਜਾ ਰਿਹਾ ਕਿਸਾਨ ਉੱਤੇ ਇੱਕ ਪਾਸੇ ਤਾਂ ਭਗਵੰਤ ਮਾਨ ਸਾਹ ਪੈ ਰਹੇ ਨੇ ਕਿ ਕਿਸਾਨਾਂ ਦਾ ਪੁੱਤ ਭਗਵੰਤ ਮਾਨ ਤੇ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਚੁੱਪੀ ਬਹੁਤ ਸਵਾਲ ਖੜੇ ਕਰਦੀ ਹੈ ਕਿ ਅੰਦਰ ਕੀ ਪੱਕ ਰਿਹਾ ਜਾਤਾ ਇਹ ਹੈ ਕਿ ਸਰਕਾਰ ਵਾਕਈ ਕੁਝ ਵੱਡਾ ਕਰਨਾ ਚਾਹੁੰਦੀ ਹੈ ਤੇ ਜੇ ਵੱਡਾ ਕਰਨਾ ਚਾਹੁੰਦੀ ਹੈ ਤੇ ਉਹ ਸਮੇਂ ਦੇ ਨਾਲ ਕਿਉਂ ਨਹੀਂ ਜੇ ਵਾਕਈ ਐਫ ਆਈ ਆਰ ਕਰਨ ਦੀ ਕੋਈ ਨੀਅਤ ਹੈ ਕੋਈ ਅੰਦਰ ਖੱਦ ਤੇ ਕੋਈ ਜਾਂਚ ਚੱਲ ਰਹੀ ਹੈ ਦੇਉ ਜਨਤਾ ਕਿਉਂ ਨਹੀਂ ਤੇ ਇਹਦੇ ਤੇ ਚੁੱਪੀ ਵੀ ਕਿਉਂ ਹੈ ਕਾਰਨ ਕੀ ਹੈ ਸਰਕਾਰ ਆਪਣੇ ਆਪ ਕਿਸਾਨਾਂ ਦਾ ਪੁੱਤ ਕਹਿੰਦੀ ਹੈ ਇਹ ਦੋਵੇਂ ਸਵਾਲ ਬਹੁਤ ਐਮਰਿਕ ਉਪਰਿਤਪਾਲ ਦਾ ਤੇੇਕੇ ਸ਼ੰਕ ਕਰਨ ਦਾ ਸਭ ਤੋਂ ਪਹਿਲਾਂ ਤੇ ਪੰਧੇਰ ਹੁਣਾ ਨੂੰ ਤੇ ਡੱਲੇਵਾਲ ਹੁਣਾ ਨੂੰ ਮਿਲ ਕੇ ਤੇ ਜਾ ਕੇ ਚੀਫ ਮਿਨਿਸਟਰ ਕੋਲ ਜਾਣਾ ਚਾਹੀਦਾ ਕਿਉਂਕਿ ਇਹ ਤੇ ਅਪਰਾਲਾ ਤੇ ਇਹਨਾਂ ਦਾ ਹੀ ਸੀ ਨਾ ਸਾਰਾ ਜਿਹੜਾ ਸਾਰਾ ਇਨਸੀਡੈਂਟ ਹੋਇਆ ਉਹ ਸਾਡਾ ਵੀ ਬੱਚਾ ਆ ਸਾਨੂੰ ਵੀ ਦੁੱਖ ਆ ਅਸੀਂ ਵੀ ਚਾਹੁੰਦੇ ਆ ਜੇ ਸਾਣੂ ਨਾਲ ਲੈਣਾ ਅਸੀਂ ਵੀ ਚੱਲਾਂਗੇ पर इनन नु नी शीटम लेके कहंदा जेदे भी तुसी एफआईआर दर्ज क्यों नी करदे इनन नु लिखती तौर ते पब्लिकली इस깔 दा बड्डी प्रचार पहला उधर नु दिल्ली जाना ਛੱਡੋ ਪਹਿਲਾਂ ਜਿਹੜਾ ਇਹ ਕੰਮ ਹੋਇਆ ਇਹਦਾ ਤੇ ਇਨਸਾਫ ਤੇ ਲਾਓ ਮਾਂ ਬਾਪ ਕਹਿ ਰਹੇ तुसी ਵੀ ਕਹਿ ਰਹੇ ਪਰ ਉਹਦੇ ਲਈ ਕਰ ਕੀ ਰਹੇ ਆਂਿੰਤੇ ਐਕਸ਼ਨ ਗਰਾਉਂਡ ਤੇ ਕੋਈ ਦੇਖਤਾ ਨਹੀਂ ਹੈਗਾ ਇਸ ਲਈ ਕੱਲਾ तुसी ਮੰਗ ਕਰਨਾ ਪੁਤਲੇ ਫੂਕ ਦੇਣਾ ਡਿਮਾਂਡ ਚਾਟਰ ਭੇਜ ਦੇਣਾ ਉਹ ਗੱਲਾਂ ਛੱਡੋ ਤੁਸੀਂ ਤੁਸੀਂ ਇਸ ਨੂੰ ਫੋਕਸ ਢੰਗ ਦੇ ਨਾਲ ਚੀ ਮੰਨਿਸਟਰ ਨੂੰ ਕਿਉਂਕਿ ਉਹ ਹੋਮ ਮਨਿਸਟਰ ਆ ਉਹਨਾਂ ਤੋਂ ਇਹ ਜਵਾਬ ਦੇ ਹੀ ਤੈਅ ਕਰੋ ਕਿ ਜੇ ਸਾਨੂੰ 1 ਦਿਨ ਦੇ ਅੰਦਰ ਅੰਦਰ ਐਫ ਆਈ ਆਰ ਦਰਜ ਨਹੀਂ ਹੋਈ ਤੇ ਅਸੀਂ ਫਿਰ ਫਲਾਨਾ ਐਕਸ਼ਨ ਕਰਾਂਗੇ ਦੱਸੋ ਨਾ ਕੁਝ ਬੋਲੋ ਮੂੰਹ ਤੋਂ ਤੁਸੀਂ ਵੀ ਇਹ ਬੋਲਣਾ ਇਹਨਾਂ ਦਾ ਜਿਹੜੇ ਬਾਰਡਰ ਤੇ ਬੈਠੇ ਲੀਡਰ ਨੂੰ ਇਹਨਾਂ ਦਾ ਬਹੁਤ ਜ਼ਰੂਰੀ ਹੈ ਤੇ ਦੂਜੇ ਐਸ ਕੇ ਐਮ ਦਾ ਵੀ ਇਹਦੇ ਤੇ ਪੂਰਾ ਤਕੜੇ ਤੌਰ ਤੇ ਸਾਹਮਣੇ ਆਉਣਾ ਜਿਹੜੇ ਕਿ ਚਲੋ ਫਰੰਟ ਤੇ ਨਹੀਂ ਭਾਵੇਂ ਪਿੱਛੇ ਹੀ ਆ ਉਹਨਾਂ ਨੂੰ ਵੀ ਗੱਲ ਇਹ ਕਰਨੀ ਚਾਹੀਦੀ ਆ ਦੂਜੀ ਗੱਲ ਜਿਹੜੀ ਹੈ ਉਹ ਬੜੀ ਹੈਰਾਨੀ ਤੇ ਬੜੀ ਇਹ ਦਰਦਨਾਕ ਗੱਲ ਵੀ ਹੈ ਦੁੱਖ ਪਹਚਾਉਣ ਵਾਲੀ ਗੱਲ ਉਹ ਇਹ ਹੈ ਕਿ ਜਦੋਂ ਜੀਨ ਦਾ ਮੈਂ ਸੁਣ ਰਿਹਾ ਸੀ ਪੁਲਿਸ ਅਫਸਰ ਨੂੰ ਕਿ ਅਸੀਂ ਜੀ ਉੱਥੇ ਕੋਰਟ ਦੇ ਵਿੱਚ ਇਸ ਗੱਲ ਦੀ ਸਬਮਿਸ਼ਨ ਕਰਤੀ ਆਪਣਾ ਜਵਾਬ ਫਾਈਲ ਕਰ ਦਿੱਤਾ ਤੇ ਉਹਦੇ ਵਿੱਚ ਇਹ ਕੀਤਾ ਕਿ ਸਾਨੂੰ ਤੇ ਤੁਸੀਂ ਐਵੇਂ ਕਹੀ ਜਾਂਦੇ ਆ ਨਾ ਅਸੀਂ ਉਹਦੀ ਕੋਈ ਐਫ ਆਈ ਆਰ ਦਰਜ ਕੀਤੀ ਨਾ ਉਹ ਸਾਡੇ ਰਿਕਾਰਡ ਦੇ ਵਿੱਚ ਨਾ ਅਸੀਂ ਉਹਨੂੰ ਹੱਥ ਲਾਇਆ ਅਸੀਂ ਤੇ ਉਲਟਾ ਉਹਨੂੰ ਬਚਾਉਣ ਵਾਲੇ ਆ ਤੁਸੀਂ ਸਾਨੂੰ ਹੀ ਕਹੀ ਜਾਂਦੇ ਆ ਕਿ ਅਸੀਂ ਉਹਨੂੰ ਕੁੱਟਿਆ ਮਾਰਿਆ ਕਿਨੇ ਦੱਸੋ ਕੀ ਸਬੂਤ ਹੈ ਕੁੱਟਿਆ ਮਾਰਿਆ ਜਾਣੀ ਸਾਡੇ ਚਰਚਾ ਇਹ ਹੈ ਕਿ ਉਹਨੂੰ ਸਿਰ ਦੇ ਵਿੱਚ ਲਾਠੀਆਂ ਮਾਰੀਆਂ ਲੱਤਾਂ ਤੋੜੀਆਂ ਬਹੁਤ ਸਾਰਾ ਸਰੀਰ ਭੰਨਿਆ ਤੋੜਿਆ ਪਿਆ ਜਣੀ ਕੀ ਹੋ ਫਿਰ ਸਰਵੰਤ ਸਿੰਘ ਪੰਦੇਰ ਨੇ ਕੁੱਟ ਕੇ ਉਧਰ ਸੁੱਟ ਦਿੱਤਾ ਇਹਨਾਂ ਨੂੰ ਬੰਦਾ ਤੇ ਪੁੱਛਣ ਵਾਲਾ ਹੋਵੇ ਨਾ ਕੈਨ ਦੇ ਵਿੱਚ ਸਾਨੂੰ ਉੱਥੋਂ ਜਿਹੜੇ ਜਰਨਲਿਸਟ ਕੁਝ ਮਿਲੇ ਸੀ ਕਹਿੰਦੇ ਟਰਾਲੀ 'ਚ ਬੈਠਾ ਸੀ ਉਹ ਜਿੱਥੇ ਜਦੋਂ ਇਹਨਾਂ ਨੇ ਸਾਰੀਆਂ ਉਹਨਾਂ ਨੂੰ ਡੈਮੇਜ ਕੀਤਾ ਆ ਟਰਾਲੀਆਂ ਮਸ਼ੀਨਰੀ ਨੂੰ ਤੋੜਿਆ ਆ ਟਾਇਰ ਪੰਚਰ ਕੀਤੇ ਆ ਤੇ ਇਹਨੂੰ ਚੁੱਕ ਕੇ ਲੈ ਕੇ ਗਏ ਕਹਿਣ ਵਾਲੇ ਤੇ ਕਹਿੰਦੇ ਬੋਰੀ ਚ ਪਾ ਕੇ ਲੈ ਕੇ ਗਏ ਚਲੋ ਬੋਰੀ ਚ ਲੈ ਕੇ ਜਾਂ ਫੜ ਕੇ ਲੈ ਕੇ ਕਿਸੇ ਤਰੀਕੇ ਨਾਲ ਲੈ ਗਏ ਉਹ ਫਿਰ ਕਿਹਨੇ ਕੁੱਟਿਆ ਮਾਰਿਆ ਜੇ ਪੁਲਿਸ ਨੇ ਨਹੀਂ ਕੁੱਟਿਆ ਤੇ ਕੌਣ ਗੁੰਡੇ ਸੀ ਉਹ ਕੌਣ ਉਹ ਗੈਂਗਸਟਰ ਸੀਗੇ ਉਹ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਤੁਹਾਡੀ ਐਡੀ ਵੱਡੀ ਉੱਥੇ ਪੁਖਤਾ ਪ੍ਰਬੰਧ ਸੀ ਉਹ ਕਿੱਥੇ ਚਲੇ ਗਏ ਬੰਦੇ ਸਾਰੇ ਜਿਹੜੇ ਮਾਰਦੇ ਬੰਦੇ ਨੂੰ ਤੁਹਾਡੇ ਪਾਸੇ ਗਏ ਆ ਇਧਰ ਤੇ ਆਏ ਨਹੀਂ ਇਧਰ ਤੇ ਆ ਹੀ ਨਹੀਂ ਸਕਦੇ ਇਸ ਲਈ ਤੁਸੀਂ ਐਵੇਂ ਆਪਣੇ ਸਾਰੀਆਂ ਕਾਲੀਆਂ ਕਰਤੂਤਾਂ ਕਰਨ ਤੋਂ ਬਾਅਦ ਉਹਦੇ ਤੇ ਪਰਦੇ ਪਾਉਣੇ ਚਾਹੁੰਦੇ ਆ ਇਹ ਲੀਗਲੀ ਕਿਉਂਕਿ ਪੁਲਿਸ ਬੜੀ ਸਮਾਰਟ ਹੁੰਦੀ ਹੈ ਕਾਨੂੰਨ ਦੀ ਉਹਨਾਂ ਨੂੰ ਸਾਰੀ ਭੜਕ ਹੁੰਦੀ ਹੈ ਉਹ ਅੱਜ ਤੱਕ ਕਿੰਨੇ ਫੇਕ ਐਨਕਾਊਂਟਰ ਕਰ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ 'ਚ ਨਹੀਂ ਮਾਰੇ ਇਹ ਤੇ ਸ਼ੁਗਰ ਕਰੋ ਮਤਲਬ ਇਹ ਬਚਿਆ ਹੋਇਆ ਉਹਨੂੰ ਆਪਣੀ ਪਹਿਲਾਂ ਤੇ ਮਾਰਨ ਦੀ ਤੇ ਕੋਈ ਕਸਰ ਨਹੀਂ ਛੱਡੀ ਹੈ ਇਹ ਸਾਡੇ ਵੀਰਾਂ ਨੂੰ ਵੀ ਇਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਜਿਹੜੇ ਲੜ ਰਹੇ ਆ ਜੋ ਸਾਡੇ ਕਿਸਾਨ ਵੀਰ ਲੀਡਰ ਬਹੁਤ ਸੀਰੀਅਸਲੀ ਇਹਦਾ ਜਵਾਬ ਲੈਣਾ ਚਾਹੀਦਾ ਔਰ ਉਹਨਾਂ ਨੂੰ ਕਹਿਣਾ ਹੈ ਉਹਨਾਂ ਨੂੰ ਕਲਪਰੇਟ ਇਕਰਾਰ ਦੇਣਾ ਚਾਹੀਦਾ ਉਹਦੀ ਇਨਕੁਆਇਰੀ ਵਗੈਰਾ ਜਿਹੜਾ ਹੋਮ ਮਿਨਿਸਟਰ ਆ ਉਹ ਕਹਿੰਦੇ ਜੀ ਤੇ ਐਡੀ ਹੋਊਗੀ ਇੱਕ ਉਥੇ ਹੋਰ ਮਰਡਰ ਹੋ ਗਿਆ ਜਿਹੜੇ ਨਫੀ ਸਿੰਘ ਦਾ ਹਾਂ ਬਿਲਕੁਲ ਆਈਐਨਐਲਡੀ ਦਾ ਪ੍ਰਧਾਨ ਮਤਲਬ ਇਹਦਾ ਉਹਦਾ ਉੱਚਾ ਲੀਡਰ ਦੋ ਵਾਰੀ ਐਮਐਲ ਰਿਆ ਹੋਵੇ ਉਥੇ ਦੇ ਹਾਲਾਤ ਦੇਖੋ ਬਣੇਗੀ ਇਹ ਹਰਿਆਣੇ ਦੇ ਵਿੱਚ ਉਹ ਕਹਿੰਦੇ ਜੀ ਸਾਡੇ ਕੋਲ ਇਨਕੁਆਇਰੀ ਨਹੀਂ ਹੋ ਸਕਦੀ ਅਸੀਂ ਸੀਬੀਆਈ ਤੋਂ ਅਨਿਲ ਵਿੱਚ ਕਹਿ ਰਿਹਾ ਸੀ ਬੀਆਈ ਤੋਂ ਰਿਕੁਇਰੀ ਮਰ ਬਾਹਰ ਕਰਵਾਤੀ ਆ ਕਿਉਂਕਿ ਇਹ ਛੋਟੀਆਂ ਗੱਲਾਂ ਨਹੀਂ ਹੈ ਪੁਲਿਸ ਐਵੇਂ ਆਪਣੇ ਆਪ ਨੂੰ ਚਿੱਟਾ ਬਗਲਾ ਦੱਸ ਰਹੀ ਹੈ ਜਦ ਕਿ ਹੈ ਕਾਲਾ ਕਾਂ ਉਹਨਾਂ ਨੂੰ ਹਾਂ ਉਹਨਾਂ ਨੂੰ ਇਸ ਤਰੀਕੇ ਨਾਲ ਸਕਾਟ ਫਰੀ ਕਾਨੂੰਨਨ ਟੈਕਨੀਕਲ ਗੱਲਾਂ ਦੇ ਵਿੱਚ ਨਹੀਂ ਜਾਣ ਦੇਣਾ ਚਾਹੀਦਾ ਸਾਨੂੰ ਆਪਣੇ ਵਕੀਲਾਂ ਦੀ ਟੀਮ ਹਾਲਾਂਕਿ ਮੈਂ ਦੇਖ ਰਿਹਾ ਸੀ ਉਹ ਬੱਚੇ ਨੂੰ ਪ੍ਰੀਤਪਾਲ ਨੂੰ ਜਦੋਂ ਪੀਜੀਆਈ ਲਿਆਦਾ ਤੇ ਉਥੇ ਕਲੀਅਰ ਜਿਹੜੇ ਵਕੀਲ ਹੈਗੇ ਆ ਐਸਜੀਪੀਸੀ ਦੇ ਉਹਨਾਂ ਦੇ ਚੀਫ ਸਪੋਕਸਪਰਸਨ ਵੀ ਐਸਜੀਪੀਸੀ ਦੇ ਅਕਾਲੀ ਦਲ ਦੇ ਹਾਂਜੀ ਔਰ ਉਹਨਾਂ ਦੇ ਚੀਫ ਸਪੋਕਸਪਰਸਨ ਵੀ ਆ ਉਹਨਾਂ ਦੇ ਨਾਲ ਮਜੀਠੀਆ ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਵੀ ਸੀ ਕਿ ਇਹਨਾਂ ਨੂੰ ਵੀ ਇਸ ਗੱਲ ਦਾ ਪੂਰਾ ਉਹਨੂੰ ਜਿਹੜੀ ਲੀਗਲ ਸਹਾਇਤਾ ਦੇਣੀ ਚਾਹੀਦੀ ਹੈ ਤੇ ਇਹਦਾ ਜਵਾਬ ਪੂਰਾ ਦੇਣਾ ਚਾਹੀਦਾ ਜਿਹੜਾ ਉਥੇ ਦੀ ਪੁਲਿਸ ਕਲੇਮ ਕਰ ਰਹੀ ਹੈ ਇਸ ਤਰੀਕੇ ਨਾਲ ਠੱਕਾ ਕਰਨ ਤੋਂ ਬਾਅਦ ਕੁੱਟਣ ਮਾਰਨ ਤੋਂ ਬਾਅਦ ਤੁਸੀਂ ਕਹਿੰਦੇ ਆਂ ਨਾ ਜੀ ਅਸੀਂ ਤੇ ਕੁਝ ਨਹੀਂ ਆਈ ਤੇ ਸਾਧੂ ਸਾਡੇ ਤੇ ਹੱਥ ਖੂਨ ਨਾਲ ਹੈ ਹੀ ਨਹੀਂ ਲਿਬੜੇ ਓਏ ਇਹ ਹੀ ਕੋਈ ਹੋਰ ਹੀ ਕਰਕੇ ਅਸੀਂ ਤੇ ਸਭ ਨੂੰ ਬਚਾਉਣ ਵਾਲਿਆਂ ਚ ਇਹ ਤੇ ਬਹੁਤ ਹੀ ਜਾਨੀ ਧਾਂਦਲੀ ਔਰ ਇਹ ਦਿਨੇ 12:30 ਵਜੇ ਦੀ ਗੱਲ ਆ ਹੱਦ ਹੋ ਗਈ ਚਿੱਟੇ ਦੇਣੀ ਇੰਨਾ ਹਨੇਰ ਹੋਊਗਾ ਤਾਂ ਫੇਰ ਤੇ ਰੱਬ ਹੀ ਰੱਖ ਬਿਲਕੁਲ ਜਿਵੇਂ ਸ਼ਾਹੀਨ ਬਾਗ ਵਾਲਿਆਂ ਨੂੰ ਇਹ ਕਹਿ ਕੇ ਕਿ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ ਸਬਕ ਸਿਖਾਉਣ ਦੀ ਉਹ ਸਾਰੀਆਂ ਵੀਡੀਓ ਸਾਰਾ ਕੁਝ ਜਨਤਕ ਆ ਤੇ ਉਹੀ ਕੁਝ ਕਿਸਾਨਾਂ ਦੇ ਨਾਲ ਕੀਤਾ ਬੰਦੇ ਕਿੱਥੇ ਗਏ ਕਿਤੇ ਅਸਮਾਨ ਦੇ ਵਿੱਚ ਚਲੇ ਗਏ ਕਿ ਧਰਤੀ ਖਾ ਗਈ ਉਹਨਾਂ ਨੂੰ ਕਿਤੋਂ ਤਾਂ ਆਏ ਕਿਵੇਂ ਆਏ ਬਹੁਤ ਵੱਡੀ ਪਲੈਨਿੰਗ ਸੀਗੀ ਉਹਦੀ ਕੋਈ ਵੀ ਉਹਦਾ ਸਬੂਤ ਇਹੋ ਜਿਹਾ ਸਾਹਮਣੇ ਨਹੀਂ ਆਇਆ ਹਾਲ ਦੀ ਘੜੀ ਹੋ ਵੀ ਸਕਦਾ ਕਿਸੇ ਨੇ ਮਾੜੀ ਮੁੱਟ ਕੋਈ ਵੀਡੀਓ ਬਣਾਈ ਹੋਵੇ ਪਰ ਬਹੁਤ ਸ਼ਰਮਨਾਕ ਆ ਪ੍ਰਿਤਪਾਲ ਸਿੰਘ ਦੇ ਜਵਾੜੇ ਦਾ ਆਪਰੇਸ਼ਨ ਹੋਇਆ, ਗੋਡੇ ਦਾ ਆਪਰੇਸ਼ਨ ਹੋਇਆ ਉਹ ਸਫਲ ਹੋਇਆ। ਉਹ ਸਾਰਾ ਪਰਿਵਾਰ ਜਿਹੜਾ ਮਜੀਠੀਆ ਸਾਹਿਬ ਹੋਗੇ ਜਾਂ ਹੋਰ ਪੰਜਾਬ ਸਰਕਾਰ ਵੀ ਸਪੋਰਟ ਕਰ ਰਹੀ ਹੈ। ਪੀਜੀਆਈ ਦੇ ਵਿੱਚ ਸੱਦਿਆ ਗਿਆ ਪਰ ਜਦੋਂ ਤੱਕ ਇਨਸਾਫ ਜਾਂ ਐਫਆਈਆਰ ਨਹੀਂ ਹੁੰਦੀ ਉਹ ਬੰਦੇ ਨਸ਼ਰ ਨਹੀਂ ਹੁੰਦੇ। ਇਹ ਬਹੁਤ ਸਾਰੇ ਸਵਾਲ ਉਸੇ ਤਰ੍ਹਾਂ ਖੜੇ ਰਹਿਣਗੇ ਕਿ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਜਾਂ ਦੇ ਨਾਲ ਕੀ ਹੋ ਰਿਹਾ ਹੈ। ਪ੍ਰੋਫੈਸਰ ਅਗਲੀ ਗੱਲ ਕਿ ਹੁਣ ਭਾਜਪਾ ਜਿਹੜੀ ਹੈ ਉਹ ਕਿਸ ਬਿਹਾਫ ਦੇ ਉੱਤੇ ਜਾਂ ਕਿਹੜੇ ਮੂੰਹ ਦੇ ਨਾਲ ਸੰਕਲਪ ਯਾਤਰਾ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਵੀ ਆਉਣਗੇ ਪਿੰਡਾਲੀਆਂ ਯਾਤਰਾਵਾਂ ਵੀ ਚੱਲ ਰਹੀਆਂ ਹਾਲਾਂਕਿ ਮੈਨੂੰ ਲੱਗਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਤਾਂ ਨਹੀਂ ਵਧਣਗੇ ਉਸ ਤਰੀਕੇ ਨਾਲ ਜਿਵੇਂ ਕਿਸਾਨ ਨਹੀਂ ਵਧਣਦੇ ਨੇ ਪਰ ਉਹ ਚੱਲ ਰਹੇ ਨੇ ਉਹਦੇ ਵਿੱਚ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਨੇ ਕਿਹੜੇ ਮਤਲਬ ਕਿ ਇਹ ਕਹਿ ਲਈਏ ਕਿ ਉਹਨਾਂ ਨੂੰ ਇਹੋ ਜਿਹਾ ਕਿਹੜਾ ਯਕੀਨ ਹੈ ਕਿ ਅਸੀਂ ਦੁਬਾਰਾ ਵਾਪਸੀ ਕਰ ਰਹੇ ਹਾਂ ਉਸ ਤਰੀਕੇ ਦੇ ਨਾਲ ਤੇ ਉਹ ਕੀ ਪੰਜਾਬ 'ਚ ਵੀ ਸਕਲਪ ਯਾਤਰਾ ਜਾਂ ਲੋਕਾਂ ਤੋਂ ਸਲਾਹ ਲੈਣਗੇ ਕਿ ਅਸੀਂ ਮੈਨੀਫੈਸਟੋ 'ਚ ਕੀ ਰੱਖੀਏ ਜਾਂ ਕੀ ਨਾ ਰੱਖੀਏ ਜਾਂ ਉਹ ਕਿਸਾਨ ਕੱਲੇ ਪੰਜਾਬ 'ਚ ਨਹੀਂ ਪੂਰੇ ਦੇਸ਼ ਭਰ 'ਚ ਨੇ ਯੂਪੀ 'ਚ ਵੀ ਜਾਣਗੇ ਹੋਰ ਥਾਵਾਂ ਤੇ ਵੀ ਜਾਣਗੇ ਉਹਦੇ ਤੇ ਰਿਐਕਸ਼ਨ ਕੀ ਸਮਝਿਆ ਜਾਵੇ ਨਾ ਤਾਂ ਕਿ ਇੰਨਾ ਮਤਲਬ ਕਿ ਭਰੋਸਾ ਕਿਵੇਂ ਆ? ਇਹ ਦਿਖ ਉਹਨਾਂ ਨੂੰ ਆਏ ਕਿ ਅਸੀਂ ਹਿੰਦੂਤਵਾ ਦੇ ਨਾਂ ਤੇ ਵੋਟਾਂ ਲਵਾਂਗੇ ਤੇ ਕਿਉਂਕਿ 80% ਉਸ ਕਿਸਮ ਦੇ ਹਿੰਦੂ ਤਾਂ ਆਪਾ ਹਿੰਦੂ ਪਾਪੂਲੇਸ਼ਨ ਹੈ ਇਸ ਕਰਕੇ ਸਾਨੂੰ ਤੇ ਸਾਡੀ ਤੇ ਸਰਕਾਰ ਆਈ ਆਈ ਲਈ ਉਹ ਉਹਨਾਂ ਨੂੰ ਇਹ ਆ ਕਿ ਅਸੀਂ ਉਧਰ ਨੂੰ ਕਾਫੀ ਮਸ਼ਕਾਂ ਆਪਣੀਆਂ ਕਰ ਲਈਆਂ ਆ ਉਧਰੋਂ ਕਾਫੀ ਸਾਡਾ ਅੰਦਰੋਂ ਅੰਦਰ ਹੀ ਕਾਫੀ ਇਹੋ ਜਿਹਾ ਕੰਮ ਕਰ ਚੁੱਕੇ ਆ ਫਿਰ ਪੈਸੇ ਦੀ ਕੋਈ ਕਮੀ ਨਹੀਂ ਫਿਰ ਦੇ ਜਿਸ ਕਿਸਮ ਦਾ ਦੇਸ਼ ਦੇ ਵਿੱਚ ਹਰ ਸੰਸਥਾ ਦੇ ਉੱਤੇ ਕਬਜ਼ਾ ਕੀਤਾ ਆ ਜਿਹੜੇ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਹੋਰ ਕਿਸਮ ਦਾ ਜਿੱਥੇ ਪ੍ਰਭਾਵ ਰਾਜਨੀਤਿਕ ਤੇ ਬਹੁਤ ਗਹਿਰਾ ਪ੍ਰਭਾਵ ਸਾਰੇ ਪਾਸੇ ਹੈਗਾ ਉਹ ਜਿਹੜਾ ਦਬਦਬਾ ਬੋਲਬਾਲ ਹੈਗੇ ਜੇ ਉਹਦੇ ਉਹਦੇ ਹੁੰਦਿਆਂ ਹੋਇਆਂ ਵੀ ਜੇ ਚੋਣਾਂ ਹਾਰਦੀਆਂ ਤੇ ਉਹਨਾਂ ਨੂੰ ਲੱਗਦਾ ਫਿਰ ਫੇ ਅਸੀਂ ਕਦੀ ਜਿੱਤ ਨਹੀਂ ਸਕਦੇ ਔਰ ਫਿਰ ਲਾਸਟ ਦਿੱਟ ਐਫਰਟ ਜਿਸ ਤਰ੍ਹਾਂ ਮੈਂ ਅੱਗੇ ਵੀ ਗੱਲ ਕਰਦੇ ਸੀਗੇ ਕਿ ਜਦੋਂ ਚੋਣਾਂ ਹਰ ਹਾਲਤ ਜਿੱਤਣੇ ਹੋਣ ਫਿਰ ਲੋਕਾਂ ਦੇ ਮੰਡਟ ਦੀ ਕੀ ਲੋੜ ਐ ਤੁਸੀਂ ਕਹਿ ਰਹੇ ਪਿੰਡਾਂ ਚ ਨਹੀਂ ਆਉ ਨਹੀਂ ਆਉਣਗੇ ਬੈਠੇ ਬੈਠੇ ਕਿਸੇ ਨੂੰ ਵੀ ਜੇ ਤੁਸੀਂ ਚੀਜ਼ ਨੂੰ ਲੁੱਟਣਾ ਹੀ ਆ ਮੰਨ ਲਿਆ ਕਿ ਅਸੀਂ ਜਿੱਤ ਰਹੇ ਹਾਂ ਔਰ ਸਾਨੂੰ ਕੋਈ ਹਰਾ ਨਹੀਂ ਸਕਦਾ ਫਿਰ ਤੇ ਕਿਸੇ ਤਰੀਕੇ ਨਾਲ ਵੀ ਜਿੱਤੋਗੇ ਫਿਰ ਲੋਕਾਂ ਦੇ ਮੰਡਟ ਤੇ ਵੋਟਾਂ ਦਾ ਕੋਈ ਮਤਲਬ ਨਹੀਂ ਉਹਦੇ 'ਚ ਰਹਿੰਦਾ ਫਿਰ ਤੇ ਆ ਕਿ ਤੁਸੀਂ ਜਾਂ ਤੇ ਮੈਂ ਆ ਜਾਂ ਮੈਂ ਕੁਝ ਨਹੀਂ ਰਹਿਣ ਦਊਗਾ ਇਸ ਕਿਸਮ ਦੀ ਹੈ ਨਾ ਇਹ ਕੋਈ ਇਲੈਕਸ਼ਨ ਥੋੜੀ ਹੈ ਇਹ ਤੇ ਸੱਤਾ ਨੂੰ ਹਰ ਹਾਲਤ ਕਬਜ਼ਾ ਕਰਨਾ ਜੱਫਾ ਪਾਉਣਾ ਜੱਫਾ ਤੇ ਪਾਇਆ ਹੀ ਆ ਕਿ ਉਹ ਅਸੀਂ ਛੱਡਣਾ ਨਹੀਂ ਹੋਰ ਮਜ਼ਬੂਤ ਕਰਨਾ ਉਸ ਜੱਫੇ ਨੂੰ ਇਹ ਆ ਇਲੈਕਸ਼ਨ ਇਥੇ ਇਸ ਕਰਕੇ ਇਹ ਕਾਫੀ ਇੰਟਰਸਟਿੰਗ ਰਹੂਗਾ ਹੁਣ ਪਤਾ ਨਹੀਂ ਲੋਕ ਜਿਹੜੇ ਆ ਸਾਡੇ ਉਹਨਾਂ ਦਾ ਇੱਕ ਆਪਣੀ ਸੂਝ-ਬੂਝ ਦਾ ਸਤਰਕਤਾ ਦਾ ਸਬੂਤ ਵੀ ਹੋਊਗਾ ਵਿਰੋਧੀ ਪਾਰਟੀਆਂ ਦੀ ਅਕਲ ਰਾਜਨੀਤਿਕ ਸੂਝ-ਬੂਝ ਤੇ ਅਕਲ ਕਿੰਨੀ ਕਿਹਾ ਉੱਥੇ ਦਾ ਉਹਦਾ ਵੀ ਪਤਾ ਲੱਗ ਜਾਊਗਾ ਪਰ ਹੈ ਇਹ ਕਾਫੀ ਖਤਰਨਾਕ ਹਾਲਾਤਾਂ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਇਹ ਜਿਹੜੀ ਤੁਸੀਂ ਕਹਿ ਰਹੇ ਆ ਕਿ ਪਈ ਉਹਨਾਂ ਨੂੰ ਕਿੱਥੋਂ ਵਿਸ਼ਵਾਸ ਉਹਨਾਂ ਨੂੰ ਵਿਸ਼ਵਾਸ ਆਪਣੇ ਆਪ ਤੇ ਹਰ ਹਰ ਬੇ ਹਰ ਤਰੀਕੇ ਹਰ ਤੇ ਹਰ ਜੇ ਪੈਸਾ ਵੀ ਹੈ ਐਡਮਿਨਿਸਟ੍ਰੇਸ਼ਨ ਹੈ ਸਾਰਾ ਕੁਝ ਹੈ ਤੂੰ ਉਸ ਕਿਸਮ ਦੇ ਉਹਦੇ ਚ ਆਤਮ ਵਿਸ਼ਵਾਸ ਦੇ ਨਾਲ ਚੱਲ ਰਿਹਾ ਪਰ ਕਈ ਵਾਰੀ ਇਹ ਹੁੰਦਾ ਕਿ ਇਹ ਆਤਮ ਵਿਸ਼ਵਾਸ ਸਾਰੇ ਕੁਝ ਦੇ ਬਾਵਜੂਦ ਵੀ ਧਰਿਆ ਦਾ ਧਰਿਆ ਰਹਿ ਜਾਂਦਾ ਪਾਕਿਸਤਾਨ 'ਚ ਉਹਨਾਂ ਨੇ ਇਹ ਨਈ ਪੀਟੀਆਈ ਨੂੰ ਚੋਣਾ ਲੜਨ ਦਿੱਤੀਆਂ Imran Khan ਨੂੰ ਜੇਲ੍ਹ 'ਚ ਦੇ ਦਿੱਤਾ ਫੇ ਤੂੰ ਚੋਣ ਕੀ ਲੜਨੀ ਹੈ ਤੇ ਤੈਨੂੰ ਛੱਡਣਾ ਹੀ ਨਹੀਂ ਹੈਗਾ ਉਨ੍ਹਾਂ ਦੀ پارٹی ਨੂੰ ਹੀ ਬੈਨ ਕਰਤਾ ਪਰ ਫਿਰ ਵੀ ਸਭ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਹ ਜਿੱਤ ਕੇ ਆ ਗਏ ਤੇ ਇਹ ਇਹ ਵੀ ਲੋਕਾਂ ਨੇ ਵੀ ਦੇਖਣਾ ਕਿਸਾਨੀ ਨੇ ਵੀ ਦੇਖਣਾ ਨੌਜਵਾਨਾਂ ਨੇ ਦੇਖਣਾ 22% ਬੇਰੁਜ਼ਗਾਰ ਬਿਰਦੇ ਨੌਜਵਾਨ ਅੱਜ ਦੇ ਡਾਟੇ ਆਏ ਆ ਜਿਹੜੇ 22% ਤੋਂ ਉੱਪਰ ਉੱਪਰ ਆ ਜਿਹੜੇ ਕਿ ਲੀਬੀਆ ਜਾਂ ਹੋਰ ਛੋਟੇ ਛੋਟੇ ਕੰਟਰੀ ਆ ਉਹਨਾਂ ਦੇ ਬਰਾਬਰ ਦੀ ਸਾਡੀ ਐਵੇਂ ਮਾਰੀ ਜਾਂਦੇ ਅਸੀਂ ਉੱਤੋਂ ਉੱਤੋਂ ਡੌਰੂ ਵਜਾਈ ਜਾਂਦੇ ਆ ਤractਲ ਦੇ ਜਿਹੜੇ ਮੁੱਦੇ ਆ ਲੋਕਾਂ ਦੇ ਦੁੱਖ ਤਕਲੀਫਾਂ ਦੇ ਜਾਂ ਪਛੜੇਪਣ ਦੇ ਜਾਂ ਗਰੀਬੀ ਦੇ ਜਾਂ ਐਜੂਕੇਸ਼ਨ ਦਾ ਮੁੱਦਾ ਆ ਦੇਖੋ ਐਜੂਕੇਸ਼ਨ ਦਾ UGC ਦਾ 60% ਬਜਟ ਕੱਟ ਦਿੱਤਾ ਟੋਟਲ ਐਜੂਕੇਸ਼ਨ ਤੇ ਬਜਟ 2.8% ਰੱਖਿਆ ਹੋਇਆ ਹਾਇਰ ਐਜੂਕੇਸ਼ਨ ਦਾ 17% ਬਜਟ ਕੱਟ ਕੇ ਰੱਖ ਦਿੱਤਾ ਹਰੇ ਤੁਸੀਂ ਦੇਸ਼ ਨੂੰ ਕਿੱਧਰ ਨੂੰ ਖਾਲੇ ਦੌਰ ਵੱਲ ਲੈ ਜਾਣਾ ਚਾਹੁੰਦੇ ਆ ਕੁਛ ਇਹਨਾਂ ਨੂੰ 200 ਸਾਲ ਪਿਛਾ ਨੂੰ ਤੱਕ ਚੁੱਕਣਾ ਚਾਹੁੰਦੇ ਆ ਆਈਆਈਟੀ ਆਈਆਈਐਮ ਜਿਹੜੇ ਸਾਰਿਆਂ ਨੂੰ ਉਹਨਾਂ ਨੂੰ ਭੁੱਖੇ ਮਾਰਨਾ ਚਾਹੁੰਦੇ ਆ ਉਹ ਇੱਕ ਹੋਰ ਹੀ ਬਣਾਤੀ ਹੈ ਕੇਂਦਰਾ ਬੈਂਕ ਦੇ ਨਾਲ ਨਾਲ ਕੇ ਮਿਨਿਸਟਰੀ ਆਫ ਐਜੂਕੇਸ਼ਨ ਲੋਨ ਦੇਣਗੇ ਜੋ ਗ੍ਰਾਂਟ ਮਿਲਣੀ ਨਹੀਂ ਗ੍ਰਾਂਟ ਨਹੀਂ ਮਿਲੂਗੀ ਤੇ ਕਿਵੇਂ ਐਜੂਕੇਸ਼ਨ ਬਚੂਗੀ ਇਹ ਮੁੱਦੇ ਜੇ ਖੜੇ ਹੋ ਗਏ ਸੁਖਵਿੰਦਰ ਤਾਂ ਹੋ ਸਕਦਾ ਹੈ ਕਿ ਇਹਨਾਂ ਲਈ ਬੜਾ ਔਖਾ ਹੋ ਜੇ ਪਰ ਇਹ ਡਿਪੈਂਡ ਕਰਦਾ ਕਿ ਕਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਆ ਸੋਸ਼ਲ ਮੀਡੀਆ ਉਹਦੇ ਤੇ ਪੂਰਾ ਕਬਜ਼ਾ ਕੀਤਾ ਹੋਇਆ ਜਿਹੜਾ ਮੜ ਜਾ ਖਾਲਸਾ ਏਡ ਦਾ ਬੰਦ ਕਰ ਦਿੱਤਾ ਖਾਲਸਾ ਏਡ ਨੇ ਕੀੜਾ ਮਾਰਾ ਕੰਮ ਕੀਤਾ ਇਹ ਜੀ ਕਿਸਾਨਾਂ ਦੀ ਸਪੋਰਟ ਕਰਦੇ ਆ ਇਹ ਤੇ ਜੀ ਫਲਾਨਾ ਉਹ ਜਿਹੜਾ ਐਕਸ ਆ ਪਹਿਲਾਂ ਜਿਹਨੂੰ ਟਵਿੱਟਰ ਕਹਿੰਦੇ ਸੀ ਉਹ ਅਕਾਊਂਟ ਬੰਦ ਕਰ ਦਿੱਤੇ ਇੱਕ ਜਿਹਦਾ ਮਰਜ਼ੀ ਜਿੱਥੇ ਮਰਜ਼ੀ ਇੰਟਰਨੈਟ ਬੰਦ ਕਰਕੇ ਬੈਹ ਜਿੰਦੇ ਤੇ ਵੈਸੇ ਤੇ ਗਲੋਬਲ ਜਿਹੜੀ ਅਮਨੇਸਟੀ ਇੰਟਰਨੈਸ਼ਨਲ ਆ ਜਾਂ ਗਲੋਬਲ ਹਿਊਮਨ ਰਾਈਟਸ ਐਕਟੀਵਿਸਟ ਆ ਜਾਂ ਇਵਨ ਯੂਨਾਈਟਿਡ ਨੇਸ਼ਨ ਤੱਕ ਇੰਨਾ ਗੱਲਾਂ ਦੀ ਇਥੇ ਸੰਗਿਆਨ ਲਿਆ ਜਾ ਰਿਹਾ ਉਹ ਸਾਰਾ ਬੈਠੇ ਦੇਖ ਰਹੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਚੋਣਾ ਇਥੇ ਹੋਣ ਜਾ ਰਹੀਆਂ ਇਹ ਬੜਾ ਇੰਟਰਸਟਿੰਗ ਹੋਊਗਾ ਦੇਖਣਾ ਆਉਣ ਵਾਲੇ 2 ਮਹੀਨੇ ਤੁਹਾਡੇ ਸਾਹਮਣੇ ਪਰ ਇਹ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਹੋਣ ਭਾਵੇਂ ਉਹ ਪੋਲਿਟਿਕਲ ਮੋਬਿਲਾਈਜੇਸ਼ਨ ਹੋਵੇ ਭਾਵੇਂ ਅ ਜਿਹੜਾ ਹੁਣ ਕਾਂਗਰਸ ਦਾ ਖਾਤੇ ਸੀਲ ਕਰ ਤੇ ਇਹ ਹੈ ਕੋਈ ਲੈਵਲ ਪਲੇਇੰਗ ਫੀਲਡ ਥੋੜੀ ਹੈ ਸਿਕੁੰਦਰ ਖਾਤੇ ਸੀਲ ਕਰਕੇ ਜਦੋਂ ਉਹਨਾਂ ਨੇ ਖਾਤੇ ਦੁਬਾਰਾ ਖੋਲੇ 12 ਘੰਟਿਆਂ ਬਾਅਦ ਪਤਾ ਲੱਗਾ ਕਿ 350 ਕਰੋੜ ਦੇ ਕਰੀਬ ਕਰੀਬ ਪੈਸੇ ਹੀ ਨਹੀਂ ਉੱਥੇ ਕੱਟਲੇ ਆਈਟੀ ਨੇ ਲੈ ਲਓ ਡੰਡੇ ਵਜਾ ਲਓ ਉਧਰ ਉਧਰ ਪ੍ਰਾਤ ਆਈਓ ਜਾਂ ਉਧਰ ਛਾਊ ਘਰ ਤੋਂ ਜਿੱਦ ਤੋਂ ਪੈਸਾ ਲੈਣਾ ਸੀ ਉਹ ਕਹਿੰਦਾ ਵੀ ਮੇਰੇ ਤੇ ਘਰ ਹੈ ਨਹੀਂ ਡਾਕਾ ਵੱਜ ਗਿਆ ਲਓ ਕਰੋ ਭੁੱਖੇ ਮਰੋ ਹੁਣ ਉਧਰੋਂ ਤੇ ਨੇਰੀ ਚੜੀ ਆ ਕੋਟ ਲੱਗਣ ਵਾਲਾ ਇਲੈਕਸ਼ਨ ਦਾ ਆ ਗਿਆ ਉਧਰ ਤੁਸੀਂ ਖਾਤੇ ਖਾਲੀ ਕਰਦੇ ਉਹਨਾਂ ਦੇ ਬੈਂਕ ਖਾਲੀ ਕਰਦੇ ਇਸ ਕਿਸਮ ਦਾ ਸਾਰਾ ਕੁਝ ਜਦੋਂ ਹੋਊਗਾ ਤੇ ਤੁਸੀਂ ਹਸਾਬ ਲੈ ਲਵ ਕਿੰਨਾ ਹਾਲਾਤਾਂ ਚ ਚੋਣ ਹੋ ਰਹੀ ਹੋ ਰਹੀ ਹੈ ਔਰ ਉਹਦੇ ਕਿੰਨਾ ਹਾਲਾਤਾਂ ਚ ਤੇ ਕਿੱਧਰ ਨੂੰ ਇਹ ਜਾਣ ਵਾਲੀ ਹੈ ਈਵੀਐਮ ਵਿੱਚੇ ਪਈ ਹੋਈ ਆ ਜੇ ਉਹਦੇ ਬਾਰੇ ਚਰਚਾ ਬਹੁਤ ਹੈਗੀ ਆ ਤੇ ਲਾਸਟ ਉਹਨਾਂ ਦਾ ਆਪਣੇ ਬੰਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੋਣਗੇ ਉਹ ਕੀ ਕਰ ਰਹੇ ਗੋਲ ਖਲਾਉਂਦੇ ਆ ਉਹ ਚੱਠੇ ਵਾਂਗੂ ਰਾਵਲਪਿੰਡੀ ਵਾਲੇ ਚੱਠੇ ਕਮਿਸ਼ਨਰ ਨੇ ਜਿੰਨੇ ਬਾਅਦ ਚ ਆਪਣਾ ਰਜ਼ਾਈ ਦੇ ਕੇ ਸਾਰੀ ਪ੍ਰੈਸ ਕਾਨਫਰੰਸ ਕੀਤੀ ਇੱਥੇ ਸਾਡੇ ਇਹ ਬਿਊਰੋਕਰੇਟ ਜਾਂ ਉਹ ਸਾਰੇ ਬੰਦੇ ਜਿਹੜੇ ਰਿਟਰਨਿੰਗ ਅਫੀਸਰ ਹੋਣਗੇ ਕਿੰਨੇ ਕੰਸ਼ੀਅੰਸੀਅਸ ਹੈ ਉਹਦਾ ਸਬੂਤ ਵੀ ਇਨ੍ਹਾਂ ਚੋਣਾਂ 'ਚ ਮਿਲ ਜਾਊਗਾ। ਬਲਕਿ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ।